ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਵਾਲੀਆ ਤੇ ਮੈਂ ਤੁਹਾਡੇ ਨਾਲ ਰੁਮਨ ਬਾਸ਼ਵਾਲ ਤੇ ਹਾਜ਼ਰ ਅਸੀਂ ਦੇਸ਼ ਦੁਨੀਆ ਤੇ ਸੂਬੇ ਦੇ ਸਰੋਕਾਰਾਂ ਨਾਲ ਜੁੜੀਆਂ ਤਮਾਮ ਖਬਰਾਂ ਦੀ ਜਾਣਕਾਰੀ ਲੈ ਕੇ ਤੇ ਮੇਰੇ ਨਾਲ ਮੌਜੂਦ ਨੇ ਵਾਲੇ ਸਰ ਤੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਵਾਲੇ ਸਰ, ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਵਾਲੇ ਸਰ, ਅੱਜ ਅਸੀਂ ਖਬਰਾਂ ਦੀ ਸ਼ੁਰੂਆਤ ਕਰੀਏ ਕੱਲ ਦਿੱਲੀ ਵਿੱਚ ਹੋਏ ਮਹਾਂ ਮੁਕਾਬਲੇ ਤੋਂ। ਤਾਂ ਆਪ ਦੀ ਹਨੇਰੀ ਵਿੱਚ ਉੜਿਆ ਕਮਲ, ਕਾਂਗਰਸ ਜ਼ੀਰੋ ਸੀ, ਜ਼ੀਰੋ 'ਤੇ ਰਹੀ ਹੈ ਅਤੇ ਦਿੱਲੀ ਵਿੱਚ ਦੁਬਾਰਾ ਕੇਜਰੀਵਾਲ ਦੀ ਸਰਕਾਰ ਬਣੀ ਹੈ, ਕੀ ਕਹੋਗੇ ਤੁਸੀਂ ਜੀ? ਸੱਚਮੁੱਚ ਹੀ ਇਹ ਜਿਹੜੀ ਹੈਟ੍ਰਿਕ ਲੱਗੀ ਹੈ ਕੇਜਰੀਵਾਲ ਦੀ ਜੀ, ਇਸਨੇ ਭਾਰਤੀ ਜਨਤਾ ਪਾਰਟੀ ਦੀ ਨੀਂਦ ਹਰਾਮ ਕਰ ਦਿੱਤੀ ਹੈ ਜੀ। ਜਿੰਨਾ ਜ਼ੋਰ ਲਾਇਆ ਗਿਆ ਇਸ ਵਾਰ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੀ ਜੋੜੀ ਵੱਲੋਂ, ਉਹ ਸ਼ਾਇਦ ਮੇਰਾ ਖਿਆਲ ਨਹੀਂ ਕਿ ਇਸ ਤਰ੍ਹਾਂ ਦੇ ਨਤੀਜੇ ਕਦੇ ਸੋਚੇ ਹੋਣਗੇ। ਬਿਲਕੁਲ ਜੀ। 62 'ਤੇ ਜਿੱਤੀ ਹੈ ਆਮ ਆਦਮੀ ਪਾਰਟੀ, 8 ਮਿਲੀਆਂ ਨੇ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਨੂੰ, ਔਰ ਜਿਸ ਤਰੀਕੇ ਨਾਲ ਤੀਸਰੀ ਵਾਰ ਜਿੱਤੇ ਹੈ ਔਰ ਜਿਸ ਤਰੀਕੇ ਨਾਲ 200 ਤੋਂ ਵੱਧ ਸੰਸਦ ਮੈਂਬਰ, ਮੁੱਖ ਮੰਤਰੀ ਭਾਜਪਾ ਦੇ ਸੂਬਿਆਂ ਦੇ, ਆਪ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਨੇ ਵੀ ਕੀਤੀਆਂ ਰੈਲੀਆਂ, ਉਹਨਾਂ ਦੇ ਕੇਂਦਰੀ ਮੰਤਰੀ ਅਨੁਰਾਗ ਠਾਕਰ ਵਰਗੇ, ਉਹ ਗਿਰੀਰਾਜ ਵਰਗੇ ਸਾਰੇ ਲੱਗੇ ਹੋਏ ਸੀ। ਇਸ ਦੇ ਬਾਵਜੂਦ ਜੇ ਐਡੀ ਵੱਡੀ ਹਾਰ ਹੁੰਦੀ ਹੈ ਤਾਂ ਉਹਦੇ ਕਈ ਮਹੀਨੇ ਨਿਕਲਦੇ ਨੇ। ਬਿਲਕੁਲ ਜੀ। ਉਹਨਾਂ ਦੇ ਵਿੱਚੋਂ ਇੱਕ ਵੱਡਾ ਮਹੀਨਾ ਇਹ ਨਿਕਲਦਾ ਕਿ ਇਸ ਵਾਰ ਦਿੱਲੀ ਦੇ ਲੋਕਾਂ ਨੇ ਸਾਰੇ ਦੇਸ਼ ਨੂੰ ਇਹ ਦੱਸ ਦਿੱਤਾ ਕਿ ਕੰਮ ਦੇ ਨਾਂ 'ਤੇ ਵੀ ਵੋਟ ਮੰਗੀ ਜਾ ਸਕਦੀ ਹੈ ਔਰ ਜਿੱਤਿਆ ਜਾ ਸਕਦਾ, ਸਾਹਮਣੇ ਕੋਈ ਵੀ ਹੋਵੇ। ਜਿਵੇਂ ਤੁਸੀਂ ਕਿਹਾ, ਕਾਂਗਰਸ ਤਾਂ ਜ਼ੀਰੋ 'ਤੇ ਰਹੀ ਅਤੇ ਮੈਨੂੰ ਹੈਰਾਨੀ ਹੈ, ਜਦੋਂ ਮੈਂ ਕੱਲ੍ਹ ਲਗਾਤਾਰ ਚੜ੍ਹਦੀ ਕਲਾ ਟਾਈਮ ਟੀਵੀ ਨੇ ਤੁਹਾਡੇ ਸਾਹਮਣੇ ਦਿੱਲੀ ਦਾ ਜਿਹੜਾ ਮਹਾਂ ਮੁਕਾਬਲਾ ਹੈ ਉਸ ਨੂੰ ਲਾਈਵ ਕੀਤਾ ਔਰ ਲਗਾਤਾਰ 5-6 ਘੰਟੇ ਅਸੀਂ ਸਕਰੀਨ 'ਤੇ ਗੱਲ ਕਰਦੇ ਰਹੇ, ਲੋਕਾਂ ਨਾਲ ਵੀ ਗੱਲ ਕਰਦੇ ਰਹੇ ਜੀ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਈ ਉਹਨਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਨੂੰ ਕਿ ਜਿਹੜੀ ਸਿਆਸਤ ਅਸੀਂ ਕਰ ਰਹੇ ਹਾਂ ਇਹ ਸਿਆਸਤ ਦਿੱਲੀ ਦੇ ਲੋਕਾਂ ਨੂੰ ਪਸੰਦ ਨਹੀਂ। ਦਿੱਲੀ ਦੇ ਲੋਕ ਕੀ ਚਾਹੁੰਦੇ ਨੇ, ਆਮ ਲੋਕ ਕੀ ਚਾਹੁੰਦੇ ਨੇ, ਇਹ ਨਵਜ਼ ਕੇਜਰੀਵਾਲ ਨੇ ਚੰਗੀ ਤਰ੍ਹਾਂ ਫੜ ਲਈ। ਬਿਲਕੁਲ। ਲੋਕ ਚਾਹੁੰਦੇ ਨੇ ਉਹਨਾਂ ਦੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਨ, ਸਿੱਖਿਆ ਮਹਿੰਗੀ ਨਾ ਹੋਵੇ, ਸਿਹਤ ਸਹੂਲਤਾਂ ਮਹਿੰਗੀਆਂ ਨਾ ਹੋਣ, ਘਰਾਂ ਤੱਕ ਪਹੁੰਚਣ, ਅਤੇ ਨਾਲ ਦੋ ਵੱਡੇ ਜਿਹੜੇ ਮੁੱਦੇ ਹੁੰਦੇ ਨੇ ਪਾਣੀ ਅਤੇ ਬਿਜਲੀ ਦਾ, ਇਹ ਵੀ ਉਹਨੇ ਬਹੁਤ ਚੰਗੀ ਤਰ੍ਹਾਂ ਬਣਾਇਆ, ਔਰ ਔਰਤਾਂ ਦੀ ਸੁਰੱਖਿਆ, ਔਰਤਾਂ ਨੂੰ ਮੁਫਤ ਸਫ਼ਰ, ਬਜ਼ੁਰਗਾਂ ਨੂੰ ਤੀਰਥ ਯਾਤਰਾ, ਮਤਲਬ ਕੀ ਕਿ ਕੇਜਰੀਵਾਲ ਨੇ ਇਸ ਵਾਰ ਹਰ ਉਹ ਗੱਲ ਕੀਤੀ ਜਿਹੜੀ ਜਿੱਤਣ ਲਈ ਕਰਨੀ ਚਾਹੀਦੀ ਸੀ। ਹਾਂ, ਇੱਕ ਗੱਲ ਉਹਨੇ ਵਿਸ਼ਵਾਸ ਲੋਕਾਂ ਦਾ ਜਿੱਤ ਲਿਆ ਵੀ ਜੋ ਕਿਹਾ ਉਹ ਕੀਤਾ। ਬਿਲਕੁਲ ਜੀ। ਜਦੋਂ ਉਹਨਾਂ ਨੇ ਗਰੰਟੀ ਕਾਰਡ ਦੇਤਾ ਕਿ ਆਉਣ ਵਾਲੇ ਟਾਈਮ 'ਚ ਅਸੀਂ ਇਹ ਕਰਾਂਗੇ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬੰਦਾ ਠੀਕ ਹੈ, ਔਰ ਉਹਨਾਂ ਨੇ ਜਿਹੜਾ ਹੈ ਉਹਨੂੰ ਵੋਟ ਪਾ ਤੀ ਜਾਂ ਉਹਦੇ ਨਾਂ 'ਤੇ ਵੋਟ ਪਾ ਤੀ, ਔਰ ਨਾ ਸਿਰਫ ਵੋਟ ਪਾਈ ਬਹੁਤ ਵੱਡੇ ਪੱਧਰ 'ਤੇ ਜਿਤਾਇਆ। ਔਰ ਪਹਿਲੀ ਵਾਰ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਇਸ ਵਾਰ ਜੀ ਕਿ ਜੇ ਸਾਰੇ ਸਰਵੇਖਣ ਠੀਕ ਨਿਕਲੇ ਉਹਨਾਂ ਦੀ ਗਿਣਤੀ ਦਾ ਫਰਕ ਹੋ ਸਕਦਾ। ਬਿਲਕੁਲ ਜੀ। 44 ਤੋਂ 64 ਤੱਕ ਜਿਹੜਾ ਹੈ ਉਹਨਾਂ ਨੇ ਕਿਹਾ ਸੀ, ਕਿਸੇ ਨੇ 44, ਕਿਸੇ ਨੇ 54, ਕਿਸੇ ਨੇ 64, ਅਤੇ 62 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਔਰ ਜਿੱਤਣ ਵਾਲੇ ਵੀ ਜਿਹੜੀ ਵੋਟ ਜਿਸ ਨੂੰ ਮਿਲੀ ਸਭ ਤੋਂ ਜ਼ਿਆਦਾ ਵੱਡੇ ਜਿਹੜੀ ਮਾਰਜਨ 'ਤੇ ਉੱਥੇ ਜਿੱਤਿਆ, ਓਖਲਾ 'ਚ ਜਿਹੜਾ ਉਮੀਦਵਾਰ ਆਪ ਦਾ, ਜਿੱਥੇ ਸ਼ਾਹੀਨ ਬਾਗ ਪੈਂਦਾ, ਜਿੱਥੋਂ ਦੀ ਰਾਜਨੀਤੀ ਇਹਨੇ ਸ਼ੁਰੂ ਕੀਤੀ ਸੀ, ਜਿੱਥੇ ਗੋਲੀਆਂ ਦੀ ਗੱਲ ਕੀਤੀ ਸੀ, ਜਿੱਥੇ ਗਾਲਾਂ ਦੀ ਗੱਲ ਕੀਤੀ ਸੀ, ਜਿੱਥੇ ਗਦਾਰਾਂ ਦੀ ਗੱਲ ਕੀਤੀ ਸੀ, ਜਿੱਥੇ ਬਿਰਿਆਨੀ ਖਵਾਉਣ ਦੀ ਗੱਲ ਕੀਤੀ ਸੀ, ਜਿੱਥੇ ਗੱਲ ਕੀਤੀ ਸੀ ਕਿ ਇਹ ਪਾਕਿਸਤਾਨ ਹੈ। ਔਰ ਇਹੀ ਕਾਰਨ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਸਮਝ ਆ ਗਈ
ਕਿ ਇਹਦਾ ਪਾਕਿਸਤਾਨ ਨਾਲ ਕੀ ਲਿੰਕ ਹੈ ਕਿ ਜੇ ਪ੍ਰੋਟੈਸਟ ਕਰ ਰਹੇ ਨੇ। ਇਸ ਵਾਰ ਸ਼ਾਹੀਨ ਬਾਗ ਦੀ ਰਾਜਨੀਤੀ ਵੀ ਕੰਮ ਨਹੀਂ ਆਈ, ਜੋ ਜਿਹੜੀ ਇਸ ਕਿਸਮ ਦੀ ਰਾਜਨੀਤੀ ਜਿਹੜੀ ਤੁਸੀਂ ਜਿਹਨੂੰ ਕਹਿੰਦੇ ਨਫ਼ਰਤ ਦੀ ਰਾਜਨੀਤੀ, ਉਹ ਕੰਮ ਆਉਣੀ ਨਹੀਂ ਸੀ, ਕਿਉਂਕਿ ਬਹੁਤ ਸਾਰੇ ਲੋਕ ਹਾਲੇ ਇਸ ਦੇਸ਼ ਦੇ ਵਿੱਚ ਨਿਰਪੱਖ ਸੋਚ ਵਾਲੇ ਵੀ ਨੇ, ਔਰ ਇਹ ਵੀ ਸਮਝ ਆਉਂਦਾ ਹੈ ਕਿਤੇ ਨਾ ਕਿਤੇ ਕਿ ਲੋਕਾਂ ਨੇ ਸਾਰੇ ਦੇਸ਼ ਨੂੰ ਇਹ ਦੱਸਤਾ ਕਿ ਸੂਬੇ ਦੀਆਂ ਪ੍ਰੋਬਲਮ ਹੋਰ ਹੁੰਦੀਆਂ ਨੇ ਔਰ ਨੈਸ਼ਨਲ ਪੱਧਰ 'ਤੇ ਹੋਰ ਹੁੰਦੀਆਂ ਨੇ। ਇਹ ਉਹੀ ਸਟੇਟ ਹੈ ਜਿਹਦੇ ਵਿੱਚ 7 ਲੋਕ ਸਭਾ ਦੀਆਂ ਸੀਟਾਂ 'ਚ 49 ਫੇਰ ਜਿੱਤ ਹੋ ਕੇ ਹਟੀ ਹੈ ਔਰ ਕੋਈ ਬੰਦਾ ਨਹੀਂ ਜਿੱਤਿਆ ਸੀ। ਭਾਰਤੀ ਜਨਤਾ ਪਾਰਟੀ ਜਿੱਤੀ, ਆਮ ਆਦਮੀ ਔਰ ਕਾਂਗਰਸ ਦਾ, ਅਤੇ ਉਹੀ ਜਿਹੜੀ ਹੈ ਬੜੀ ਮੁਸ਼ਕਲ ਨਾਲ 8 ਸੀਟਾਂ ਲੈ ਕੇ ਗਏ ਨੇ ਭਾਰਤੀ ਜਨਤਾ ਪਾਰਟੀ ਵਾਲੇ। ਸੂਬੇ ਦੀਆਂ ਪ੍ਰੋਬਲਮ, ਇਹਦੇ ਵਿੱਚ CAA, ਇਹਦੇ 'ਚ 3 ਤਲਾਕ, ਇਹਦੇ 'ਚ 370 ਨਹੀਂ ਚੱਲਦਾ, ਨਾ ਹੀ ਚੱਲਣਾ, ਇਹ ਵੀ ਸਮਝ ਆ ਗਈ। ਸਿਆਸੀ ਪਾਰਟੀਆਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਜਦੋਂ ਉਧਵ ਠਾਕਰੇ ਕਹਿੰਦਾ ਨਾ ਜਿੱਤ ਤੋਂ ਬਾਅਦ ਆਪਦੀ ਤੋਂ ਕਿ ਲੋਕ ਮਨ ਕੀ ਬਾਤ ਨਹੀਂ ਚਾਹੁੰਦੇ, ਲੋਕ ਜਨ ਕੀ ਬਾਤ ਚਾਹੁੰਦੇ ਨੇ। ਭਾਰਤੀ ਜਨਤਾ ਪਾਰਟੀ ਜ਼ਿਆਦਾ ਗੱਲਾਂ ਕਰਦੀ ਹੈ, ਜੁਮਲੇ ਉਹ ਤਾਂ ਆਪ ਹੀ ਮੰਨਣ ਲੱਗ ਗਏ ਕਿ 15 ਲੱਖ ਤਾਂ ਇੱਕ ਜੁਮਲਾ ਸੀ। ਬਿਲਕੁਲ ਜੀ। ਫਿਰ ਲੋਕਾਂ ਨੇ ਇਹ ਵੀ ਸਮਝਣਾ ਸ਼ੁਰੂ ਕਰਤਾ ਕਿ 2 ਕਰੋੜ ਨੌਕਰੀਆਂ ਵੀ ਇੱਕ ਜੁਮਲਾ ਸੀ। ਜਿਹੜੀ ਗੱਲ ਤੁਸੀਂ ਕਹੀ ਹੈ ਉਹ ਸਾਰੇ ਜੁਮਲੇ ਜਿਹੜੇ ਨੇ ਉਹ ਕਹਿੰਦੇ ਅਸੀਂ ਸ਼ੌਚਾਲਿਆ ਬਣਾਏ। ਬਿਲਕੁਲ ਜੀ। ਲੋਕ ਕਹਿੰਦੇ ਭਾਈ ਸ਼ੌਚਾਲਿਆ ਤਾਂ ਲੋੜ ਤਾਂ ਪਊ ਜੇ ਢਿੱਡ 'ਚ ਕੁਛ ਜਾਊ। ਬਿਲਕੁਲ ਜੀ। ਤਾਂ ਰੋਟੀ ਦੀ ਗੱਲ ਕਰੋ, ਰੁਜ਼ਗਾਰ ਦੀ ਗੱਲ ਕਰੋ। ਸੋ ਇਹ ਸਾਰਾ ਕੁਛ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਕਿ ਹੁਣ ਉਹਨੂੰ ਸਮਝਣਾ ਚਾਹੀਦਾ। ਹਾਲੇ ਵੀ ਮੈਨੂੰ ਨਹੀਂ ਲੱਗਦਾ, ਪਰ ਉਹਨਾਂ ਨੂੰ ਇਹ ਲੱਗ ਗਿਆ ਸੀ ਕਿ ਅਸੀਂ ਜਿੱਤਦੇ ਨਹੀਂ। ਕਾਰਨ ਸਪਸ਼ਟ ਕਿ ਉੱਥੇ ਇੱਕ ਵੱਡਾ ਫਲੈਕਸ ਲੱਗਿਆ ਉਹਨਾਂ ਦੇ ਦਫ਼ਤਰ ਦੇ ਵਿੱਚ ਅਮਿਤ ਸ਼ਾਹ ਦੀ ਫੋਟੋ ਦੇ ਨਾਲ ਕਿ ਜਿੱਤ ਤੋਂ ਬਾਅਦ ਸਾਡਾ ਹੰਕਾਰ ਨਹੀਂ, ਹਾਰਨ ਤੋਂ ਬਾਅਦ ਅਸੀਂ ਹਤਾਸ਼ ਨਹੀਂ ਹੁੰਦੇ। ਮਤਲਬ ਉਹਨਾਂ ਨੂੰ ਲੱਗ ਗਿਆ ਕਿ ਅਸੀਂ ਜਿੱਤ ਨਹੀਂ ਸਕਦੇ, ਇਹ ਲੱਗਦਾ ਸੀ। ਦੂਜੀ ਗੱਲ ਜਿਹੜੀ ਰਮਨ, ਇਹ ਜਿਹੜੀਆਂ ਗੱਲਾਂ ਜਦੋਂ ਆਪਾਂ ਦੇਖਦੇ ਹਾਂ ਉਹਦੇ 'ਚ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਕਿ ਮੁਸਲਮਾਨਾਂ ਨੇ ਵੱਡੇ ਪੱਧਰ 'ਤੇ 5 ਮੁਸਲਮਾਨ ਜਿੱਤੇ ਨੇ, ਉਹ ਸਾਰੇ ਆਮ ਆਦਮੀ ਪਾਰਟੀ ਦੇ ਨੇ। ਲੱਗਦਾ ਇਹ ਸੀ ਕਿ ਕਾਂਗਰਸ ਨੂੰ ਜਾਣਗੇ, ਕਾਂਗਰਸ ਨੂੰ ਤਾਂ ਸਾਰੀ ਵੋਟ ਪ੍ਰਤੀਸ਼ਤ ਹੀ ਸਾਰੀ 4% ਪਈ ਹੈ ਔਰ ਜ਼ਿਆਦਾ ਜਿਹੜੀ ਹੈ 53% ਤੋਂ ਉੱਤੇ ਵੋਟ ਜਿਹੜੀ ਪਈ ਹੈ ਭਾਜਪਾ ਨੂੰ, ਆਮ ਆਦਮੀ ਪਾਰਟੀ ਨੂੰ। ਭਾਜਪਾ ਨੂੰ 38% ਤੋਂ ਉੱਤੇ। ਲੇਕਿਨ ਇੱਕ ਗੱਲ ਤਸੱਲੀ ਵਾਲੀ ਹੈ ਭਾਜਪਾ ਲਈ, ਉਹ ਤਸੱਲੀ ਵਾਲੀ ਇਹ ਹੈ ਕਿ ਉਹਨਾਂ ਦੀ ਪਰਸੈਂਟੇਜ 'ਚ ਵਾਧਾ ਹੋਇਆ, 8% ਵੋਟਾਂ ਉਹਨਾਂ ਨੂੰ ਪਈਆਂ ਨੇ। ਲੇਕਿਨ 2-3 ਗੱਲਾਂ ਹੋਰ ਸਮਝ ਲੈਣੀਆਂ ਚਾਹੀਦੀਆਂ ਨੇ। ਪੰਜਾਬੀਆਂ ਨੇ ਵੋਟ ਪਾਈ ਆਮ ਆਦਮੀ ਪਾਰਟੀ ਨੂੰ, ਮੁਸਲਮਾਨਾਂ ਨੇ ਵੋਟ ਪਾਈ ਆਮ ਆਦਮੀ ਪਾਰਟੀ ਨੂੰ, ਬ੍ਰਾਹਮਣਾਂ ਨੇ ਵੋਟ ਜ਼ਿਆਦਾ ਗਿਣਤੀ 'ਚ ਪਾਈ ਵੋਟ ਭਾਜਪਾ ਨੂੰ, ਜਾਟਾਂ ਨੇ ਜ਼ਿਆਦਾ ਗਿਣਤੀ 'ਚ ਵੋਟ ਭਾਜਪਾ ਨੂੰ ਪਾਈ। ਲੇਕਿਨ ਇਸ ਦੇ ਬਾਵਜੂਦ ਜਦੋਂ ਅਸੀਂ ਦੇਖਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਇਹ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਮਾਰਕਾ ਮਾਰਿਆ ਗਿਆ ਕਿ ਲੋਕਾਂ ਨੇ ਦੱਸਤਾ ਕਿ ਇਹ ਦੇਸ਼ ਜਿਹੜਾ ਹੈ, ਇਹ ਦੇਸ਼ ਜਿਹੜਾ ਹੈ ਨਫ਼ਰਤ ਦੀ ਰਾਜਨੀਤੀ ਨੂੰ ਰਿਜੈਕਟ ਕਰ। ਬਿਲਕੁਲ ਜੀ, ਇੱਕ ਤਰ੍ਹਾਂ ਨਾਲ ਭਾਜਪਾ ਦੇ ਵਿਜੇ ਰੱਖ ਨੂੰ ਲਗਾਮ ਲਗਾ, ਧਾਰਮਿਕ ਤੌਰ ਤੇ ਜਿਹੜੇ ਲੋਕ ਨੇ ਵੰਡੇ ਜਾਂਦੇ ਨੇ ਜਾਂ ਵੰਡਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਕਰਦਾ ਰਿਜੈਕਟ। ਮਮਤਾ ਬੈਨਰਜੀ ਔਰ ਸ਼ਰਦ ਪਵਾਰ, ਊਧਮ ਠਾਕਰੇ, ਅਖਿਲੇਸ਼, ਇਹ ਸਾਰੇ ਬੰਦਿਆਂ ਦੀ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਸਾਰਿਆਂ ਨੇ ਇਸੇ ਕਿਸਮ ਦੀ ਟਿੱਪਣੀ ਕੀਤੀ ਹੈ। ਇੱਕ ਗੱਲ ਹੋਰ ਕਰ ਲਈਏ, ਬਹੁਤ ਬੋਲਿਆ ਜਾ ਸਕਦਾ ਇਸ ਖਬਰ 'ਤੇ, ਪਰ ਕਿਉਂਕਿ ਹੋਰ ਖਬਰਾਂ ਵੀ ਲੈਣੀਆਂ ਨੇ, ਇੱਕ ਗੱਲ ਕਰ ਲਈਏ ਕਿ ਕਿਤੇ ਨਾ ਕਿਤੇ ਕਾਂਗਰਸ ਨੇ ਜਾਂ ਤਾਂ ਇਹ ਸਮਝ ਕੇ ਕਿ ਸਾਡਾ ਤਾਂ ਪਿਛਲੇ 9 ਸਾਲਾਂ ਤੋਂ ਕੁਛ ਬਣਿਆ ਨਹੀਂ, ਬਿਲਕੁਲ ਜੀ ਕਾਂਗਰਸ ਦੇ ਲੋਕ ਵੀ ਕੁਛ ਨਜ਼ਰ ਆਏ, ਕੀਤਾ ਹੀ ਕੁਛ ਨਹੀਂ, ਉਹ 0 'ਤੇ ਆਏ, ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਘੱਟੋ ਘੱਟ ਸੀ ਭਾਰਤੀ ਜਨਤਾ ਪਾਰਟੀ ਨੂੰ ਹਰਾਤਾ। ਜਾਂ ਜਿਵੇਂ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਮਿਲ ਕੇ ਖੇਡੇ, ਕੁਛ ਵੀ ਹੋਵੇ, ਪੰਜਾਬ ਦੇ ਕਾਂਗਰਸੀ ਉਹ ਤਾਂ ਖੁਸ਼ ਹੋ ਕੇ ਦੱਸ ਰਿਹਾ ਇੱਕ ਮੰਤਰੀ ਪੰਜਾਬ ਦਾ ਕਿ ਅਸੀਂ 0 ਸੀ, ਅਸੀਂ 0 ਹਾਂ, ਹਾਰੇ ਤਾਂ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਾਲੇ ਨੇ। ਦਿੱਲੀ ਦੇ ਵਿੱਚ ਕਾਂਗਰਸ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜਿਹੜੀ ਕਾਂਗਰਸ 'ਚ ਸ਼ੀਲਾ ਦੀਕਸ਼ਿਤ 10-12 ਸਾਲ ਵੱਡੇ ਕੰਮ ਕਰਕੇ ਗਈ ਹੋਵੇ, ਉੱਥੇ ਸਿਰਫ 4% ਵੋਟਾਂ। ਇਹ ਵੀ ਇੱਕ ਇਹ 'ਤੇ ਵੀ ਰਿਸਰਚ ਕਰਨ ਦੀ ਗੱਲ ਹੈ, ਖੋਜ ਕਰਨ ਦੀ ਗੱਲ ਹੈ। ਲੇਕਿਨ ਇੱਕ ਗੱਲ ਸਪਸ਼ਟ ਕਰੀਏ, ਜੇ ਅਸੀਂ ਇਹ ਖਬਰ ਨੂੰ ਸਮਅਪ ਕਰਨਾ ਹੋਵੇ ਕਿ ਇਸ ਜਿਹੜੀ ਇਹ ਜਿੱਤ ਹੈ ਆਮ ਆਦਮੀ ਪਾਰਟੀ ਦੀ,
ਉਹਦਾ ਪੰਜਾਬ 'ਤੇ ਵੱਡਾ ਅਸਰ ਪੈਣ ਵਾਲਾ, ਇਹ ਗੱਲ ਸਪਸ਼ਟ ਹੈ। ਪੰਜਾਬ ਦੇ ਆਪ ਦੇ ਲੀਡਰ ਬੜੇ ਖੁਸ਼ ਨੇ, ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਪੰਜਾਬ 'ਚ ਕੋਈ ਵੱਡਾ ਮਾਰਕਾ ਮਾਰਾਂਗੇ। ਗੱਲ ਤਾਂ ਮਿੱਤਰੋ ਸਪਸ਼ਟ ਹੈ, ਹਾਲਾਤ ਬਿਲਕੁਲ ਸਾਜ਼ਗਾਰ ਨੇ। ਲੋਕ ਕਾਂਗਰਸ ਤੋਂ ਖੁਸ਼ ਨਹੀਂ, ਲੋਕ ਅਕਾਲੀਆਂ ਤੋਂ ਖੁਸ਼ ਨਹੀਂ। ਅਕਾਲੀ ਵੰਡੇ ਹੋਏ ਨੇ, ਕਾਂਗਰਸ ਨੇ ਵਾਅਦਾ ਕੋਈ ਨਹੀਂ ਪੂਰਾ ਕੀਤਾ। ਲੇਕਿਨ ਤੁਸੀਂ ਜਿਸ ਤਰ੍ਹਾਂ ਖਿੰਡੇ ਹੋਏ ਹੋ, ਤੁਹਾਡੇ ਜਿਹੜੇ ਜਿਵੇਂ ਟੁਕੜੇ ਟੁਕੜੇ ਹੋਏ ਨੇ, ਇਹਦੇ 'ਚ ਤੁਹਾਡਾ ਕੁਛ ਸ਼ਾਇਦ ਨਾ ਬਣੇ। ਬਣ ਸਕਦਾ, ਆਉਣ ਵਾਲੇ 2 ਸਾਲ ਪਏ ਨੇ, ਜੇ ਤੁਸੀਂ ਰੀਔਰਗੇਨਾਈਜ਼ ਹੋ ਜਾਓ, ਇੱਕ ਝੰਡੇ ਥੱਲੇ ਚਲੇ ਜਾਓ, ਤਾਂ ਇਹ 'ਤੇ ਵੱਡਾ ਅਸਰ ਪੈ ਸਕਦਾ ਪੰਜਾਬ 'ਤੇ। ਪਰ ਇੱਕ ਗੱਲ ਜ਼ਰੂਰ, ਮੈਨੂੰ 1-2 ਫੋਨ ਆਏ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਸੀ ਕਿ ਉੱਥੇ ਹਰਪਾਲ ਚੀਮਾ ਵੀ ਨਜ਼ਰ ਆਉਂਦਾ, ਉੱਥੇ ਕਲਤਾਰ ਸਿੰਘ ਸੰਧਵਾ ਵੀ ਖੜ੍ਹਾ, ਭਗਵੰਤ ਮਾਨ ਕਿੱਥੇ ਹੈ ਜਿਹਨੇ ਇੰਨੀਆਂ ਜਿਹੜੀਆਂ ਗੱਲਾਂ ਕੀਤੀਆਂ ਸੀ? ਹੁਣੇ ਤੋਂ ਜਿਹੜੀ ਇਹ ਗੱਲ ਆਉਣ ਲੱਗੀ ਕਿ ਭਗਵੰਤ ਮਾਨ ਕਿੱਥੇ ਹੈ, ਇਹ ਗੱਲ ਹਾਲੇ ਸਮਝ ਨਹੀਂ ਆਈ, ਪਤਾ ਨਹੀਂ ਕਿੱਥੇ ਹੈ। ਲੇਕਿਨ ਕੱਲ੍ਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਔਰ ਦੇਸ਼ ਨੂੰ ਇਸ ਦਾ ਇੱਕ ਸੁਨੇਹਾ ਦਿੱਤਾ ਕਿ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਉਹ ਹਲੇ ਵੀ ਨਿਰਪੱਖ ਸੋਚ ਵਾਲੇ ਲੋਕਾਂ ਦੀ ਜਿੱਤ ਹੁੰਦੀ ਹੈ। ਬਿਲਕੁਲ, ਅਤੇ ਵਾਲਾ ਸਾਹਿਬ ਹੁਣ ਆਪਾਂ ਰੁਕ ਕਰੀਏ ਪੰਜਾਬ ਵੱਲ। ਤਾਂ ਪੰਜਾਬ ਵਿੱਚ ਸੜਕ ਹਾਦਸੇ ਹਰ ਰੋਜ਼ ਵਾਪਰ ਰਹੇ ਨੇ ਅਤੇ ਇਹ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ। ਇੱਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ ਕਿ ਮੋਗਾ ਲੁਧਿਆਣਾ ਰੋਡ 'ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਉਹਦਾ ਤਲਵੰਡੀ ਭਾਈਗੋ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਹਾਂਜੀ, ਇਹ ਸਿਰਫ ਆਪਾਂ ਉਹ ਦੱਸੇ ਨੇ ਜਿਹੜੇ 2 ਜਿਹਨਾਂ ਦੀ ਮੌਤ ਹੋ ਗਈ। ਮਲੇਰਕੋਟਲਾ 'ਚ ਵੀ ਇੱਕ ਟਰੱਕ ਬੇਕਾਬੂ ਹੋ ਕੇ ਘਰ 'ਚ ਜਾ ਵੜਿਆ। ਮਤਲਬ ਬਹੁਤ ਸਾਰੇ ਸੜਕ ਹਾਦਸੇ ਐਸੇ ਨੇ ਜਿਹੜੇ ਰਿਪੋਰਟ ਨਹੀਂ ਹੁੰਦੇ। ਬਿਲਕੁਲ ਜੀ, ਇਹ ਉਹ ਨੇ ਜਿਹੜੇ ਰਿਪੋਰਟ ਹੋਏ ਨੇ। ਪਰ ਦੁੱਖ ਦੀ ਗੱਲ ਹੈ, ਜਿਵੇਂ ਹੁਣ ਕੱਲ੍ਹ ਮੋਗਾ ਹੋਇਆ ਜਿਹਦਾ ਤੁਸੀਂ ਜ਼ਿਕਰ ਕੀਤਾ, ਇਹਦਾ ਤਾਂ ਬਹੁਤ ਜ਼ਿਆਦਾ ਅਫਸੋਸ ਇਸ ਕਰਕੇ ਹੈ ਕਿ ਇਹ ਪਰਿਵਾਰ ਕਿਸੇ ਦੋਸਤ ਦੀ ਨੇ ਕਾਰ ਲਈ, ਬਲੈਰੋ ਗੱਡੀ ਲਈ, ਗੱਡੀ 'ਤੇ ਗੋਆ ਗਿਆ। ਮਤਲਬ ਕਿੰਨਾ ਲੰਬਾ ਸਫ਼ਰ ਕਰਕੇ ਫਿਰ ਦਿੱਲੀ ਆ ਗਿਆ, ਆਉਂਦੇ ਹੋਏ ਦਿੱਲੀ ਤੋਂ ਮੋਗਾ ਆ ਗਿਆ। ਮੋਗੇ ਆਪਦੇ ਘਰ ਤੋਂ ਹਾਲੇ ਸਿਰਫ 2.5-3 ਕਿਲੋਮੀਟਰ ਦੂਰ ਸੀ ਅਤੇ ਸੜਕ 'ਤੇ ਇੱਕ ਟਰੱਕ ਖੜ੍ਹਾ ਸੀ ਔਰ ਟਰੱਕ ਦੇ ਵਿੱਚ ਸਿਲੰਡਰ ਸੀ ਔਰ ਜਿਸ ਤਰੀਕੇ ਨਾਲ ਖੜ੍ਹੇ ਟਰੱਕ 'ਚ ਗੱਡੀ ਲੱਗੀ ਹੈ, ਔਰ ਜੇ ਕਿਤੇ ਕੋਈ ਹੈਵੀ ਜਿਹੜਾ ਹੁੰਦਾ ਵਹੀਕਲ ਤਾਂ ਸਿਲੰਡਰ ਵੀ ਫਟ ਜਾਂਦੇ। ਬਿਲਕੁਲ ਜੀ, ਔਰ 4 ਬੰਦੇ, ਪਤੀ ਪਤਨੀ, ਇੱਕ ਬੱਚਾ ਜਿਹੜਾ ਉਹਨਾਂ ਦਾ 12ਵੀਂ ਕਲਾਸ 'ਚ ਪੜ੍ਹਦਾ ਸੀ, ਲੜਕੀ 10ਵੀਂ ਸੀ, 4 ਜਿਹੜੇ ਹੈ ਮੌਕੇ 'ਤੇ ਮਾਰੇ ਗਏ। ਪੂਰਾ ਪਰਿਵਾਰ ਖਤਮ ਹੋ ਗਿਆ, ਉਹ ਵੀ ਐਡੀ ਦੂਰੋਂ ਸਫ਼ਰ ਕਰਕੇ, ਬਿਲਕੁਲ ਘਰ ਦੇ ਨੇੜੇ ਵਾਪਰੇ। ਅਤੇ ਹੁਣ ਇਹਨੂੰ ਤੁਸੀਂ ਇਹ ਕਹੋ ਕਿ ਜੀ ਤੇਜ਼ ਚਲਾਉਂਦੇ ਸੀ, ਧੁੰਦ ਸੀ, ਧੁੰਦ ਤਾਂ ਖੈਰ ਸੀ, ਐਂ ਜਿਹੜੇ ਤਲਵੰਡੀ ਭਾਈ ਗਏ ਆ। ਹੁਣ ਉੱਥੇ ਸਾਡਾ ਟ੍ਰੈਫਿਕ ਸਿਸਟਮ ਐਸਾ, ਉਹ ਜਿਹੜਾ ਟਰੱਕ ਸੀ ਉਹ ਓਵਰਲੋਡਡ ਸੀ, ਤੂੜੀ ਦਾ ਭਰਿਆ ਹੋਇਆ, ਉਹਦੇ ਵਿੱਚ ਗੱਡੀ ਲੱਗੀ। ਉਹਦੇ ਵੈਸੇ ਹੀ ਜੇ ਗੱਡੀ 'ਚ ਧੁੰਦ ਨਾ ਵੀ ਹੋਵੇ, ਉਹ ਤਾਂ ਉਹਦੇ 'ਚ ਤਾਂ ਗੱਡੀ ਵੈਸੇ ਹੀ ਲੱਗ ਸਕਦੀ ਹੈ, ਕਿਉਂਕਿ ਉਹਨੇ ਇੰਨੀ ਜਗ੍ਹਾ ਘੇਰੀ ਹੁੰਦੀ ਹੈ, ਪਿੱਛੇ ਕੁਛ ਦਿਖਦਾ ਨਹੀਂ ਹੁੰਦਾ। ਉਹ 'ਚ ਪਿਓ ਪੁੱਤ ਤੁਰ ਗਏ। ਮਤਲਬ 2 ਪਰਿਵਾਰ ਕੱਲ੍ਹ ਤੁਰ ਗਏ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ। ਇਹ ਕਦੋਂ ਤੱਕ ਹਟਣਗੇ ਇਹ ਨਹੀਂ ਪਤਾ। ਖਬਰਾਂ ਅਸੀਂ ਲਈ ਜਾਂਦੇ ਹਾਂ, ਕਾਰਵਾਈ ਕੋਈ ਨਹੀਂ ਹੁੰਦੀ। ਹੁਣ ਸਿੰਪਲ ਗੱਲ ਹੈ, ਕਾਰਵਾਈ ਕਿਉਂ ਨਹੀਂ? ਤੁਹਾਡਾ ਉਹ ਟਰੱਕ ਤੂੜੀ ਵਾਲਾ, ਐਡੇ ਐਡੇ ਢਿੱਡ ਭਰ ਕੇ ਟਰੱਕ ਟਰੈਲੀ ਆ, ਜਿਹਦੇ ਪਿੱਛੋਂ ਕੁਛ ਨਹੀਂ ਨਜ਼ਰ ਆਉਂਦਾ, ਉਹ ਸੜਕ 'ਤੇ ਜਾਂਦੇ ਕਿਵੇਂ ਨੇ? ਉਹ ਮੈਂ ਇੱਕਦਮ ਵੈਸੇ ਹੀ ਪੁੱਛਿਆ ਵੀ ਇਹ ਹੁੰਦਾ ਕੀ ਹੈ, ਕਹਿੰਦੇ ਐਂਟਰੀ ਹੁੰਦੀ ਹੈ। ਮੈਂ ਕਿਹਾ ਐਂਟਰੀ ਦਾ ਕੀ ਮਤਲਬ ਹੁੰਦਾ? ਐਂਟਰੀ ਦਾ ਮਤਲਬ ਹੁੰਦਾ ਕਿ ਜਿਹੜੇ ਪੁਲਿਸ ਵਾਲੇ ਖੜ੍ਹੇ ਹੁੰਦੇ ਨੇ ਉਹ ਪੈਸੇ ਲੈ ਲੈਂਦੇ ਨੇ, ਉਦੋਂ ਬਾਅਦ ਉਹ ਸਿਗਨੇਚਰ ਕਰ ਦਿੰਦੇ, ਨਿਸ਼ਾਨੀ ਲਾ ਦਿੰਦੇ ਨੇ। ਫਿਰ ਅੱਗੇ ਜੇ ਕੋਈ ਪੁਲਿਸ ਵਾਲਾ ਹੁੰਦਾ ਉਹਨੂੰ ਕਹਿ ਦਿੰਦੇ ਨੇ ਸਾਡੀ ਤਾਂ ਐਂਟਰੀ ਹੋ ਗਈ। ਯਾਨੀ ਟ੍ਰੈਫਿਕ ਤਾਂ ਸਾਡਾ ਤਾਂ ਹਾਲ ਇਹ ਹੈ। ਬਿਲਕੁਲ ਜੀ, ਕਈ ਵਾਰ ਦੇਖਿਆ ਜਾਂਦਾ ਕਿ ਇੰਨੇ ਭੀੜ ਵਾਲੇ ਇਲਾਕੇ ਵਿੱਚ ਉਧਰ ਚੱਲ ਰਹੇ ਹੁੰਦੇ ਨੇ, ਟ੍ਰੈਫਿਕ ਜਾਮ ਕੀਤਾ ਹੁੰਦਾ। ਪੁੱਛਿਆ ਵੀ ਇਹ ਜਿਹੜੇ ਆਟੋ ਵਾਲੇ ਨੇ ਜੀ, ਇਹ ਇੰਨਾ ਕਦੇ ਜਿੱਥੇ ਦਿਲ ਕਰਦਾ ਉੱਥੇ ਖੜਾ ਲੈਂਦੇ ਨੇ। ਮੈਂ ਹਰ ਰੋਜ਼ ਫੇਸ ਕਰਦਾ ਇਹ ਗੱਲ। ਬਿਲਕੁਲ ਜੀ, ਜਿੱਥੋਂ ਮੈਂ ਆਉਣਾ, ਟੈਲੀਵਿਜ਼ਨ ਸਟੂਡੀਓ 'ਚ ਮੈਨੂੰ ਕਈ ਵਾਰੀ ਆਉਣਾ ਪੈਂਦਾ, ਜਦੋਂ ਮੈਂ ਯੂ ਟਰਨ ਲੈਂਦਾ ਉੱਥੇ ਆਟੋ ਖੜ੍ਹਾ ਹੁੰਦਾ ਅਤੇ ਪਿੱਛੋਂ ਜਿਹੜਾ ਹੈ ਗੱਡੀਆਂ ਨੇ ਆਉਣਾ ਹੁੰਦਾ। ਹੌਰਨ ਮਾਰੋ ਜਿਵੇਂ ਮਰਜ਼ੀ ਕਰੋ, ਉਹ ਆਪਦੀ ਮਰਜ਼ੀ ਨਾਲ ਸਵਾਰੀਆਂ ਉਤਾਰ ਕੇ ਅੱਗੇ ਵੱਧਦੇ ਨੇ। ਮੈਂ ਪੁੱਛਿਆ ਵੀ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਜਿੱਥੇ ਦਿਲ ਕਰਦਾ ਖੜਾ ਲੈਂਦੇ ਨੇ? ਕਹਿੰਦੇ 200 ਰੁਪਇਆ ਮਹੀਨਾ ਦਿੰਦੇ ਨੇ। ਹੁਣ ਇਹ ਜਿਹੜਾ 200 ਰੁਪਇਆ ਮਹੀਨਾ, ਇਹ ਮੈਨੂੰ ਨਹੀਂ ਪਤਾ ਸੀ ਹੁਣ ਉਹ ਕਿੱਥੇ ਜਾਂਦਾ,
ਇਹ ਤਾਂ ਹੁਣ ਉੱਪਰਲੀ ਕਹਿਣ ਲੱਗ ਗਏ ਉਹ ਜਿਹਨੀ ਜਿਹੜਾ 200 ਰੁਪਇਆ ਮਹੀਨਾ ਜੇ ਇੱਥੇ 4,000-5,000 ਇੱਕ ਸ਼ਹਿਰ 'ਚ ਆਟੋ ਰਿਕਸ਼ਾ ਨੇ 200 ਰੁਪਏ ਨਾਲ ਦੱਸੋ ਕਿੱਥੇ ਜਾਂਦੀ ਹੈ ਕਹਾਣੀ। ਸੋ ਇਹ ਸਾਰਾ ਕੁਛ ਰਲ ਮਿਲ ਕੇ ਚੱਲ ਰਿਹਾ, ਲੇਕਿਨ ਉਹ ਰਲ ਮਿਲ ਕੇ ਸਾਨੂੰ ਇਹ ਨਹੀਂ ਸਮਝ ਆਉਂਦੀ ਉਹ ਸਾਡੇ ਜਾਨਾਂ ਦਾ ਉਹ ਬਣੇ ਹੋਏ ਨੇ, ਉਹਦੇ ਨਾਲ ਨੁਕਸਾਨ ਹੋ ਰਿਹਾ ਔਰ ਅਸੀਂ ਉਹ ਆਰਾਮ ਨਾਲ ਮਤਲਬ ਖਬਰਾਂ ਅਖਬਾਰਾਂ ਵਾਲੇ ਵੀ ਖਬਰਾਂ ਸੁਣਾ ਲੈਂਦੇ ਹਾਂ, ਉਦੋਂ ਬਾਅਦ ਅਗਲੀ ਖਬਰ 'ਤੇ ਚਲੇ ਜਾਂਦੇ ਹਾਂ ਅਤੇ ਅਸੀਂ ਕਦੇ ਫੋਲੋਅਪ ਨਹੀਂ ਕਰਦੇ। ਫੋਲੋਅਪ ਕੀ ਕਰੀਏ ਜਦੋਂ ਆਵਾਜ਼ ਕੋਈ ਸੁਣਦਾ ਹੀ ਨਹੀਂ, ਜੇ ਪਿੱਛੇ ਤਾਂ ਅੱਗੇ ਤੱਕ ਜਾਂਦਾ ਜੇ ਉੱਤੇ ਤੱਕ ਜਾਂਦਾ, ਹੁਣ ਉੱਤੇ ਤੱਕ ਕੀ ਜਾਂਦਾ? ਆ ਤੁਸੀਂ ਹੁਣ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਵੀ ਉਹ ਜਿੱਤ ਗਿਆ, ਜਦੋਂ ਅਰਵਿੰਦ ਕੇਜਰੀਵਾਲ ਆਇਆ ਉਹਨੇ ਇੱਕ ਫਲਾਈਓਵਰ ਬਣ ਰਿਹਾ ਸੀ, ਅਸੀਂ ਕਹਿੰਦੇ ਸ਼ੀਲਾ ਦੀਕਸ਼ਿਤ ਨੇ ਬੜੇ ਫਲਾਈਓਵਰ ਬਣਾਏ, ਉਹਨੇ ਆ ਕੇ ਕਰਪਸ਼ਨ ਨੰਗੀ ਕਰਤੀ। ਫਲਾਈਓਵਰ ਜਿਹੜਾ ਹੈ 300 ਕਰੋੜ ਰੁਪਏ ਦਾ ਸੀ ਅਤੇ ਇਹਨੇ ਉਹੀ ਫਲਾਈਓਵਰ 165 ਕਰੋੜ 'ਚ ਪੂਰਾ ਕਰਤਾ। ਜੇ ਪਹਿਲੇ ਹੋਰ ਕਾਂਗਰਸ ਸਰਕਾਰ ਹੋਈ ਤਾਂ 300 ਕਰੋੜ 'ਚ ਪੂਰਾ ਹੋਣਾ ਸੀ, ਉਹ 135 ਕਰੋੜ ਕਿੱਧਰ ਜਾਣੇ ਸੀ? ਇਹ ਹੈ ਮਤਲਬ ਸਾਰੇ ਕਿਤੇ ਇਹ ਚੱਲ ਰਿਹਾ ਲੀਗ, ਹਾਂ ਲੀਗਲਾਈ ਅੰਦਰ ਖਾਤੇ ਕੀਤੇ, ਉੱਪਰਲੀ ਚੱਲਦਾ। ਅੰਦਰ ਖਾਤੇ ਤਾਂ ਹੁੰਦੇ ਜਿਹੜੀ ਚੋਰੀ ਹੁੰਦਾ, ਇਹ ਚੋਰੀ ਥੋੜ੍ਹੀ ਕਰਦੇ ਨੇ, ਇਹ ਤਾਂ ਕਮਿਸ਼ਨ ਹੁੰਦਾ। ਲੀਗਲਾਈਜ਼ ਕਰਤੀ ਕਰਪਸ਼ਨ ਨਾ ਅਸੀਂ ਕਿ ਇੰਨਾ ਚੀਫ ਦਾ, ਇੰਨਾ ਐਕਸੀਐਨ ਦਾ, ਇੰਨਾ ਐਸਡੀਓ ਦਾ, ਉਹ ਅਖੀਰ ਤੱਕ ਜਾਂਦਾ। ਜੇ ਪੁੱਛੀਓ ਕਹਿੰਦੇ ਜੀ ਇਹ ਤਾਂ ਇਹੀ ਚੱਲਦਾ, ਤਾਂ ਸਾਡੇ ਤਾਂ ਇਹੀ ਚੱਲਦਾ, ਇਹੀ ਐਕਸੀਡੈਂਟ ਹੁੰਦੇ ਨੇ, ਇਹੀ ਕੁਛ ਚੱਲਦਾ। ਬਿਲਕੁਲ ਜੀ। ਵੈਲ ਸਰ, ਹੁਣ ਆਪਾਂ ਕੁਝ ਹੋਰ ਖਬਰਾਂ ਵੱਲ ਕਰੀਏ ਤਾਂ SGPC ਦੇ ਸਾਬਕਾ ਚੀਫ ਸੈਕਟਰੀ ਹਰਚਰਨ ਸਿੰਘ ਦੀ ਕਿਤਾਬ SGPC ਵਰਤਮਾਨ ਸਥਿਤੀ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤੀ ਗਈ। ਹੁਣ ਤੁਸੀਂ ਇਹ ਗੱਲ ਕੀਤੀ, ਉਹ ਵੀ ਕਰਪਸ਼ਨ ਦੀ ਗੱਲ ਹੈ। ਚੀਫ ਸੈਕਟਰੀ ਰਹੇ ਨੇ ਜਿਹੜੇ, ਇਹ ਬੈਂਕ 'ਚ ਹੁੰਦੇ ਸੀ ਸਰਦਾਰ ਹਰਚਰਨ ਸਿੰਘ, ਫਿਰ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਨੇ ਕਿਹਾ ਹੋਊਗਾ, ਇਹਨਾਂ ਨੂੰ ਕਿਸੇ ਨੇ ਇਹਨਾਂ ਵੱਲੋਂ ਅਪਰੋਚ ਹੋਈ ਇਹ ਨਹੀਂ ਪਤਾ, ਪਰ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਉਹਨਾਂ ਨੇ ਉੱਥੇ ਕਿਹਾ ਕਿ ਤੁਸੀਂ ਆਓ। ਇਹ ਕਿਸੇ ਅਖਬਾਰ ਦੇ ਵਿੱਚ ਉਦੋਂ ਕੰਮ ਕਰਦੇ ਸੀ, ਵੱਡੇ ਅਖਬਾਰ 'ਚ, ਨੈਸ਼ਨਲ ਅੰਗਰੇਜ਼ੀ ਦੇ ਅਖਬਾਰ 'ਚ ਜੀ। ਉੱਥੋਂ ਬੈਂਕ ਤੋਂ ਉੱਥੇ ਚਲੇ ਗਏ ਸੀ, ਉੱਥੋਂ ਇਹ ਅਖਬਾਰ 'ਚ ਗਏ, ਅਖਬਾਰ 'ਚ ਹਰਚਰਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਚੀਫ ਸੈਕਟਰੀ ਲਾ ਦਿੱਤਾ ਗਿਆ। ਹੁਣ ਉੱਥੇ ਇਹਨਾਂ ਨੇ ਦੋ ਪ੍ਰਧਾਨ ਦੇਖੇ, ਆਪਦਾ ਛੋਟਾ ਜਿਹਾ ਟਨਿਊਰ ਸੀ ਇਹਨਾਂ ਦੀ, ਉਹਦੇ ਬਾਅਦ ਛੜਤੇ ਜਾਂ ਛੜਾ ਲਈ ਗਈ। ਇੱਕ ਸੀ ਅਵਤਾਰ ਸਿੰਘ ਮੱਕੜ, ਦੂਜਾ ਕਿਰਪਾਲ ਸਿੰਘ ਬਡੂੰਗਰ। ਲੇਕਿਨ ਇਹ ਹਰਚਰਨ ਸਿੰਘ ਹੋਰਾਂ ਨੇ ਜਿਸ ਤਰੀਕੇ ਨਾਲ ਕਰਪਸ਼ਨ ਦੇਖੀ ਅਤੇ ਦੇਖਣ ਤੋਂ ਮੈਂ ਭੁੱਲੀ, ਮੈਂ ਉਹਨਾਂ ਨੂੰ ਦੋ ਇੰਟਰਵਿਊ ਕੀਤੀਆਂ, ਦੋ ਇੰਟਰਵਿਊ ਦੇ ਵਿੱਚ ਕਰਪਸ਼ਨ ਦੇ ਹਰ ਪੱਧਰ 'ਤੇ ਉਹਨਾਂ ਨੇ ਖੁੱਲ੍ਹ ਕੇ ਬੇਬਾਕੀ ਨਾਲ ਗੱਲ ਕੀਤੀ। ਖਰੀਆਂ ਗੱਲਾਂ ਪ੍ਰੋਗਰਾਮ ਦਾ ਨਾਂ ਹੈ ਜੀ, ਤੋ ਖਰੀਆਂ ਗੱਲਾਂ ਕੀਤੀਆਂ ਅਤੇ ਹੁਣ ਇਹ ਕਿਤਾਬ ਲਿਖੀ ਉਹਨਾਂ ਨੇ। ਉਹ ਕਿਤਾਬ ਦਾ ਨਾਮ ਉਹਨਾਂ ਨੇ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਤਮਾਨ ਸਥਿਤੀ। ਔਰ ਕਿਤਾਬ ਰਿਲੀਜ਼ ਕਰਨ ਵੇਲੇ ਜਿਹੜੇ ਬੰਦੇ ਆਏ ਉਹ ਤੋਂ ਸਪਸ਼ਟ ਹੁੰਦਾ ਕਿ ਉਹ ਬੰਦੇ ਦੀ ਸੋਚ ਕੀ। ਸੁਖਦੇਵ ਸਿੰਘ ਢੀਂਡਸਾ ਉੱਥੇ ਸੀ, ਜਿਹੜੇ ਬੰਦੇ ਨੇ ਲਗਾਤਾਰ ਸ਼੍ਰੋਮਣੀ ਕਮੇਟੀ ਦੀ ਕਰਪਸ਼ਨ ਬਾਰੇ ਬੋਲਣਾ ਸ਼ੁਰੂ ਕੀਤਾ ਹੋਇਆ ਪਿੰਡ ਪਿੰਡ ਜਾ ਕੇ, ਜਥੇਦਾਰ ਰਣਜੀਤ ਸਿੰਘ, ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ, ਉਹ ਉੱਥੇ ਸੀ। ਸਿੱਖ ਹਿਸਟੋਰੀਅਨ ਪ੍ਰਿਥੀਪਾਲ ਸਿੰਘ ਕਪੂਰ ਉੱਥੇ ਸੀ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਵਰਲਡ ਪੰਜਾਬੀ ਸੈਂਟਰ ਹੈ ਉਹਦੇ ਡਾਇਰੈਕਟਰ ਡਾਕਟਰ ਬਲਕਾਰ ਸਿੰਘ ਸੀ। ਇਹਨਾਂ ਨੇ ਹਰਚਰਨ ਸਿੰਘ ਦੀ ਇਹ ਕਿਤਾਬ ਰਲ ਕੇ ਉਹਨਾਂ ਨਾਲ ਰਿਲੀਜ਼ ਕੀਤੀ। ਹੋਰ ਬਹੁਤ ਸਾਰੇ ਸਕਾਲਰ ਉੱਥੇ ਸੀ, ਡਾਕਟਰ ਕੇਰ ਸਿੰਘ ਉੱਥੇ ਸੀ। ਇਹ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਦੇ ਵਿੱਚ ਇਹ ਕਿਤਾਬ ਦਾ ਰਿਲੀਜ਼ ਹੋਣਾ, ਸੁਖਦੇਵ ਸਿੰਘ ਢੀਂਡਸਾ ਦਾ ਉੱਥੇ ਹੋਣਾ, ਰਣਜੀਤ ਸਿੰਘ ਦਾ ਉੱਥੇ ਹੋਣਾ, ਹਾਲਾਂਕਿ ਮੈਂ ਕਿਤਾਬ ਪੜ੍ਹੀ ਨਹੀਂ ਪਰ ਕਿਉਂਕਿ ਮੈਂ ਇੰਟਰਵਿਊ ਕੀਤਾ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਸਾਰਾ ਕੁਛ ਉਹੀ ਹੋਏਗਾ ਜੋ ਸ਼੍ਰੋਮਣੀ ਕਮੇਟੀ 'ਚ ਚੱਲ ਰਿਹਾ। ਕਿਸ ਕਿਸਮ ਦੀ ਕਰਪਸ਼ਨ ਉੱਥੇ ਚੱਲ ਰਹੀ ਹੈ, ਕਾਰ ਸੇਵਾ ਦੇ ਪੱਧਰ 'ਤੇ ਕੀ ਕਰਪਸ਼ਨ ਚੱਲ ਰਹੀ ਹੈ, ਜ਼ਮੀਨਾਂ ਦੇ ਪੱਧਰ 'ਤੇ ਕੀ ਕਰਪਸ਼ਨ ਚੱਲਦੀ ਹੈ, ਲੰਗਰ 'ਚ ਕਰਪਸ਼ਨ ਕਿਸ ਤਰ੍ਹਾਂ ਦੀ ਚੱਲ ਰਹੀ ਹੈ, ਇਹ ਸਾਰਾ ਕੁਛ ਸ਼ਾਇਦ ਹੋਏਗਾ ਇਸੇ ਕਿਤਾਬ 'ਚ। ਵਰਤਮਾਨ ਸਥਿਤੀ ਦੀ ਗੱਲ ਕੀਤੀ ਹੈ, ਤਾਂ ਮੈਨੂੰ ਲੱਗ ਇਹ ਰਿਹਾ ਕਿ ਸ਼੍ਰੋਮਣੀ ਕਮੇਟੀ ਸੰਗਤ ਦਾ ਪੈਸਾ ਹੈ ਔਰ ਸੰਗਤ ਦੇ ਪਾਸੇ ਨੂੰ ਸਹੀ ਤਾਂ ਵਰਤਣਾ ਬਹੁਤ ਜ਼ਰੂਰੀ ਹੈ, ਔਰ ਜੇ ਨਹੀਂ ਵਰਤਿਆ ਜਾਊਗਾ
ਅਤੇ ਉਹਦਾ ਜਿਹੜਾ ਹੈ ਬਹੁਤ ਜ਼ਿਆਦਾ ਨੁਕਸਾਨ ਕੌਮ ਨੂੰ ਹੋ ਰਿਹਾ। ਔਰ ਸੁਖਦੇਵ ਸਿੰਘ ਢੀਂਡਸਾ ਨੇ ਜਿਹੜੀ ਆਪਣੀ ਉੱਥੇ ਗੱਲ ਕੀਤੀ ਹੈ ਕਿ 2022 ਦੀਆਂ ਚੋਣਾਂ ਤੋਂ ਬਾਅਦ ਦੀ ਗੱਲ ਹੈ, ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਜਿਹੜੀ ਹੈ ਉਹਨਾਂ ਨੂੰ ਬਾਦਲਾਂ ਤੋਂ ਯਾਦ ਕਰਾਈਏ। ਲੱਗ ਇਹ ਰਿਹਾ ਕਿ ਸਾਰੇ ਧੜੇ ਇਕੱਠੇ ਹੋ ਕੇ ਇਸ ਵਾਰ ਸ਼੍ਰੋਮਣੀ ਕਮੇਟੀ 'ਤੇ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਜਿੱਤਣ ਲਈ ਜ਼ੋਰ ਲਾਉਣਗੇ। ਬਸ ਅਬ ਡੀ ਐੱਸ ਪੀ ਅਤੁਲ ਸੋਨੀ ਆਪਣੀ ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਫਰਾਰ ਹੈ, ਪਰ ਉਹ ਖਬਰਾਂ ਦੀ ਸੁਰਖੀਆਂ 'ਚ ਬਣਿਆ ਹੋਇਆ। ਅਤੇ ਹੁਣ 14 ਫਰਵਰੀ ਨੂੰ ਫਿਲਮ ਜੱਗਾ ਰਿਲੀਜ਼ ਹੋ ਰਹੀ ਹੈ, ਜਿਸ ਵਿੱਚ ਉਹ ਖਲਨਾਇਕ ਦੀ ਭੂਮਿਕਾ ਅਦਾ ਕਰ ਰਹੇ। ਇਹ ਨਾ ਇੱਕ ਸਮਝ ਨਹੀਂ ਆਉਂਦੀ, ਸਾਡੇ ਜਿਹੜੇ ਨੌਜਵਾਨ ਨੇ ਨਾ, ਉਹਨਾਂ ਨੂੰ ਬਾਡੀ ਅਸੀਂ ਦਿਖਾਵੇ 'ਚ ਤਾਂ ਪਹਿਲੇ ਬਹੁਤ ਵਿਸ਼ਵਾਸ ਰੱਖਦੇ ਹਾਂ, ਕੋਈ ਸਾਡਾ ਸਾਰਾ ਕੁਝ ਦਿਖਾਵੇ 'ਚ ਹੈ। ਬਿਲਕੁਲ, ਸਾਡੇ ਵਿਆਹ, ਸਾਡੇ ਘਰ, ਸਾਡੀ ਸੋਚ 'ਚ ਦਿਖਾਵਾ ਭਾਰੂ ਹੈ, ਮਤਲਬ ਸਾਡੇ ਕੱਪੜੇ, ਮਤਲਬ ਨੌਜਵਾਨ ਮੁੱਛਾਂ ਖੜੀਆਂ ਕਰਕੇ ਪੂਰਾ ਜ਼ੋਰ ਲਾ ਸਕਦੇ ਨੇ ਬਾਡੀ ਬਣਾਉਣ ਲਈ, ਉਹ ਜਿਮ ਜਾ ਕੇ ਮਤਲਬ ਕਈ ਕਿਸਮ ਦੇ ਪ੍ਰੋਟੀਨ ਖਾਂਦੇ ਨੇ, ਮਤਲਬ ਕਿ ਦਿਖਾਵੇ 'ਚ ਹੀ ਜ਼ਿਆਦਾ ਵਿਸ਼ਵਾਸ, ਜ਼ਿਆਦਾ ਹੈ ਹੀ ਦਿਖਾਵਾ ਸਾਡੇ 'ਚ। ਅਸੀਂ ਮੈਂ ਇਹ ਨਹੀਂ ਕਹਿੰਦਾ ਉਹ ਪੰਜਾਬੀ ਫਿਲਮ ਵਾਲੀ ਗੱਲ ਨਹੀਂ ਕਰਦਾ ਕਿ ਉਹ ਕੁੜੀ ਹੀਰੋ ਨੂੰ ਕਹਿੰਦੀ ਹੈ ਕਿ ਪੰਜਾਬੀ ਮੁੰਡੇ ਫੁਕਰੇ ਹੁੰਦੇ ਨੇ, ਮੈਂ ਉਹ ਗੱਲ ਨਹੀਂ ਕਰਦਾ, ਪਰ ਦਿਖਾਵੇ 'ਤੇ ਇਹ ਸਾਡਾ ਹੈ, ਕਿਉਂਕਿ ਸਾਰਾ ਕੁਛ ਅਸੀਂ ਉਹ ਸਾਡਾ ਕੋ ਕਲਚਰ ਹੈ ਨਾ, ਘੁੰਡ ਕੱਢਣਾ ਅਤੇ ਉਹ ਕਲਿੱਪ ਵਾਲਾ ਪਾਸਾ ਨੰਗਾ ਰੱਖਣਾ, ਦਿਖਾਉਣਾ ਕਲਿੱਪ, ਫਿਰ ਫਾਇਦਾ ਕੀ ਕਲਿੱਪ ਆਏ ਤਾਂ ਜੇ ਘੁੰਡੀ ਕੱਢ ਲਿਆ, ਤਾਂ ਇਹ ਸਾਰੇ ਅਸੀਂ ਕਲਿੱਪ ਦਿਖਾਉਣ ਵਾਲੇ ਹਾਂ। ਇਹ ਬੰਦਾ ਵੀ ਇਹਨੇ ਬਾਡੀ ਬਣਾਈ, ਇਹਨੂੰ ਸਿੰਘਮ ਕਹਿੰਦੇ ਸੀ, ਉਹ ਫਿਲਮ ਆਈ ਸੀ ਜਿਹੜੀ, ਹੁਣ ਉਹ ਸਿੰਘਮ ਸਾਹਿਬ ਜਾ ਇਹਦੇ 'ਚ ਈਗੋ ਵੀ ਆ ਜਾਂਦੀ ਹੈ ਬੰਦੇ 'ਚ, ਔਰ ਜਿਸ ਤਰੀਕੇ ਨਾਲ CCTV 'ਚ ਅਸੀਂ ਆਪਣੀ ਪਤਨੀ ਨੂੰ ਕੁੱਟਦੇ ਦੇਖਿਆ, ਫਿਰ ਇਹਨੇ ਗੋਲੀ ਚਲਾਈ ਔਰ ਹੁਣ ਫਰਾਰ ਹੈ, ਕਿਉਂਕਿ ਇਹਦੀ ਜ਼ਮਾਨਤ ਜਿਹੜੀ ਹੈ ਖਾਰਜ ਹੋ ਗਈ। ਲੇਕਿਨ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ, ਖਬਰ ਹੋਰ ਹੈ, ਇਹ ਬੰਦੇ ਦਾ ਪਤਾ ਨਹੀਂ ਸੀ ਲੋਕਾਂ ਨੂੰ, ਪਤਾ ਇਹ ਲੱਗਿਆ ਕਿ ਇੱਕ ਜੱਗਾ ਫਿਲਮ 14 ਨੂੰ ਵੈਲੇਂਟਾਈਨ ਡੇ ਨੂੰ ਰਿਲੀਜ਼ ਹੋਣੀ ਹੈ, ਜੱਗਾ ਜੱਗਾ ਜਗਰਾਵਾਂ, ਉਹ ਜਿਹੜਾ ਜੱਗਾ ਹੈ ਉਹ ਵੀ ਗੈਂਗਸਟਰ ਦੇ ਨਾਂ 'ਤੇ ਹੈ, ਇੱਕ ਪਾਸੇ ਦਾ ਸ਼ੂਟਰ ਨੂੰ ਬੰਦ ਕਰ ਰਹੇ ਨੇ ਕੈਪਟਨ ਸਾਹਿਬ, ਦੂਜੇ ਪਾਸੇ 14 ਨੂੰ ਹੋ ਰਹੀ ਹੈ ਰਿਲੀਜ਼, ਉਹਦੇ 'ਚ ਵਿਲੇਨ ਹੈ, ਜਿਹੜੀ ਕਿਵੇਂ ਇੱਕ DSP ਵਿਲੇਨ ਬਣਦਾ, ਉਹਨੂੰ ਸ਼ੂਟਿੰਗ ਲਈ ਕਿਵੇਂ ਛੁੱਟੀ ਦਿੱਤੀ ਗਈ, ਕੀ ਹੋਇਆ, ਇਹ ਬਾਅਦ ਦੀਆਂ ਗੱਲਾਂ ਨੇ, ਇਹ ਕੀ ਛੁੱਟੀ ਲੈ ਕੇ ਸ਼ੂਟਿੰਗ ਕੀਤੀ, ਪਰ ਇਹ ਗੱਲ ਜ਼ਰੂਰ ਹੈ ਕਿ ਸਾਡੀਆਂ ਲਗਾਤਾਰ ਫਿਲਮਾਂ ਉੱਧਰ ਨੂੰ ਜਾ ਰਹੀਆਂ ਨੇ। ਦੇਖੋ ਪਹਿਲਾਂ ਰੁਪਿੰਦਰ ਗਾਂਧੀ ਡਾਕੂਆਂ ਦਾ ਮੁੰਡਾ, ਜਿਹੜੀਆਂ ਚੱਲੀਆਂ ਉਹਨਾਂ ਤੋਂ ਪ੍ਰੇਰਿਤ ਹੋ ਕੇ, ਸੁੱਖਾ ਕਾਲਮਾਂ 'ਤੇ ਬਣੀ ਫਿਲਮ ਸ਼ੂਟਰ, ਉਹ 'ਤੇ ਪਾਬੰਦੀ ਲਾਤੀ, ਹੁਣ ਜੱਗਾ ਆ ਗਈ, ਕਿਹਦੇ ਕਿਤੇ ਪਾਬੰਦੀ ਲਾਉਂਗੇ, ਕਿਉਂਕਿ ਪੈਸਾ ਕਮਾਉਣ ਵਾਲਿਆਂ ਨੇ ਪੈਸਾ ਕਮਾਉਣਾ, ਔਰ ਪਾਬੰਦੀ ਦਾ ਤਾਂ ਹਾਲ ਇਹ ਹੈ ਕਿ ਕੈਪਟਨ ਸਾਹਿਬ ਲੱਗੇ ਹੋਏ ਨੇ ਕਿ ਇਹ ਤਾਂ ਬੰਦ ਕਰ ਦਈਏ, ਪਰ ਮੈਨੂੰ ਨਹੀਂ ਲੱਗਦਾ ਕਿ ਕੋਰਟ 'ਚ ਜਾ ਕੇ ਜਿਹੜਾ ਹੈ ਫਿਰ ਇਹਨਾਂ ਨੂੰ ਮਿਲ ਜਾਣਾ। ਲੇਕਿਨ ਜਿਹੜੀ ਇਹ ਖਬਰ ਹੈ ਕਿ ਅਤੁਲ ਸੋਨੀ ਦੀ ਫਿਲਮ ਆ ਰਹੀ ਹੈ, ਇਹ ਆਪਣੇ ਆਪ 'ਚ ਇੱਕ ਵੱਡੀ ਸੁਰਖੀ ਬਣਦੀ ਹੈ ਕਿ ਉਹ ਜਿਹੜਾ ਬੰਦਾ DSP ਹੋਵੇ, ਉਹਨੂੰ ਕਦੋਂ ਮੌਕਾ ਮਿਲਿਆ, ਕਿਵੇਂ ਹੈ, ਔਰ ਉਹ ਵੀ ਵਿਲਨ ਦੀ ਭੂਮਿਕਾ ਨਿਭਾ ਰਿਹਾ ਹੈ। ਦੇਖੋ ਕਲਾ ਤਾਂ ਕਿਤੇ ਵੀ ਹੋ ਸਕਦੀ ਹੈ। ਬਿਲਕੁਲ ਜੀ। ਵਲ ਸਾਹਿਬ, ਪੰਜਾਬ ਵਿੱਚ 212 ਬੱਸਾਂ ਦੇ ਚਲਾਨ ਇਸ ਕਰਕੇ ਕੱਟੇ ਗਏ ਨੇ ਕਿਉਂਕਿ ਉਹਨਾਂ ਵਿੱਚ ਲੱਚਰਗੀ ਚੱਲਦੇ ਸਨ। ਅਸਲ ਗੱਲ ਇਹ ਹੈ ਕਿ ਕੈਪਟਨ ਸਾਹਿਬ ਨੂੰ ਕਿਸੇ ਨੇ ਸਮਝਾਤਾ ਵੀ ਫਿਲਮਾਂ 'ਚ ਅਤੇ ਗਾਣਿਆਂ ਦੇ ਵਿੱਚ ਜਿਹੜਾ ਅਪਰਾਧ ਨੂੰ, ਫਰੋਤੀ ਨੂੰ, ਹਿੰਸਾ ਨੂੰ ਪ੍ਰਮੋਟ ਕੀਤਾ ਜਾਂਦਾ, ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਜੀ। ਇਹ ਸਾਡੇ ਨੌਜਵਾਨਾਂ ਨੂੰ ਕਰਦੀ ਹੈ ਖਰਾਬ, ਤਾਂ ਸ਼ਾਇਦ ਉਸੇ ਕਾਰਨ ਉਹਨਾਂ ਨੇ ਸ਼ੂਟਰ ਫਿਲਮ, ਹਾਲਾਂਕਿ ਉਲਟ ਵੀ ਹੈ, ਸ਼ੂਟਰ ਫਿਲਮ 'ਤੇ ਪਾਬੰਦੀ ਚੈਲੇਂਜ ਹੋ ਜਾਣੀ ਹੈ। ਉਹਦਾ ਕਾਰਨ ਇਹ ਹੈ ਕਿ ਪਾਬੰਦੀ ਇਹਨਾਂ ਨੇ ਲਾਈ ਹੈ ਨਾ, ਅਤੇ ਸੈਂਸਰ ਨੇ ਤਾਂ ਪਾਸ ਕੀਤੀ ਹੈ। ਜਿਹੜੀ ਗੱਲ ਆਪਾਂ ਹੁਣ ਇਦੋਂ ਪਹਿਲਾਂ ਕਰਕੇ ਹਟੇ ਹਾਂ ਜੱਗਾ ਫਿਲਮ ਦੀ, ਜਿਹ 'ਚ ਅਤੁਲ ਸੋਨੀ ਹੈ, ਉਹ ਫਿਲਮ ਵੀ ਸੈਂਸਰ ਨੇ ਉਹਦੇ ਓਬਜੈਕਸ਼ਨ ਲਾਏ, ਉਹਦੀ ਕੱਟਵੱਟ ਕਰਕੇ ਉਹ ਹੁਣ ਰਿਲੀਜ਼ ਹੋ ਰਹੀ ਹੈ। ਅਤੇ ਉਹ ਕਹਿਣਗੇ ਦੱਸੋ ਜੀ ਇਹਦੇ 'ਚ ਸੈਂਸਰ ਨੇ ਪਾਸ ਕੀਤੀ ਹੈ, ਕੋਰਟ ਦੇ ਵਿੱਚ ਬਹੁਤ ਔਖਾ ਹੋ ਜੂ ਖੜ੍ਹਨਾ। ਮੈਂ ਕਿਉਂਕਿ ਇੱਕ ਫਿਲਮ 'ਤੇ ਲਾਈ ਸੀ ਪਾਬੰਦੀ ਇਹਨਾਂ ਨੇ, ਸਰਕਾਰ ਨੇ ਸਾਡਾ ਹੱਕ 'ਤੇ, ਮੈਂ ਉਹਦੇ ਹੱਕ 'ਚ ਬੋਲਿਆ ਸੀ ਔਰ ਪ੍ਰੈਸ ਕਾਨਫਰੰਸ ਕੀਤੀ ਸੀ, ਮੇਰੇ ਨਾਲ ਮੀਨੂ ਢਿੱਲੋਂ, ਸੁਨੀਤਾ ਧੀਰ ਸੀ, ਰਾਣਾ ਸੀ, ਅਤੇ ਮੈਂ ਕਿਹਾ ਵੀ ਇਹ ਪੋਸੀਬਲ ਨਹੀਂ ਲੱਗਦਾ, ਅਤੇ ਹੋਇਆ ਵੀ ਹੋਈ, ਤਾਂ ਇਸੇ ਤਰੀਕੇ ਨਾਲ ਇਹਦਾ ਹੋਣਾ। ਐਨੀਵੇ ਇਹ ਜਿਹੜੇ ਹੁਣ ਹੋਇਆ ਕੀ ਕਿ ਕੈਪਟਨ ਸਾਹਿਬ ਨੇ ਇਹ ਕਿਹਾ ਆਪਣੇ RTOs ਨੂੰ ਕਿ ਜਿੰਨੀਆਂ ਵੀ ਬੱਸਾਂ ਚੱਲਦੀਆਂ ਨੇ ਆਪਣੀਆਂ, ਉਹਨਾਂ ਦੇ ਘਰੋਂ ਚੈਕਿੰਗ ਜੀ, ਜਿਹੜੇ ਇਹੋ ਜਿਹੇ ਗਾਣੇ ਲਾਉਂਦੇ ਨੇ
ਜਿਹੜਾ ਕੀ ਹੈ ਮੂਸਾ ਕੀ ਉਹਦਾ ਨਾਮ ਸਿੱਧੂ ਮੂਸੇਵਾਲਾ ਹੈ ਜੀ, ਮੁੰਡਾ ਜਮਾਨਤ 'ਤੇ ਆ ਗਿਆ, ਦੱਸੋ ਕਿਹਦਾ ਕੰਡਾ ਕੱਢਣਾ, ਇਹੋ ਜਿਹੇ ਗਾਣੇ ਲਾਉਂਦੇ ਨੇ ਕੰਡਾ ਕੱਢਣ ਵਾਲੇ। ਪਰ ਗੱਲ ਤਾਂ ਇਹ ਹੈ ਵੀ ਉਹ ਜਿਹੜਾ ਗਾ ਰਿਹਾ ਗੱਲ ਤਾਂ ਗਲਤ ਹੈ। ਹੁਣ ਜਿੰਨੇ ਕਤਲ ਪਿਛਲੇ 3-4 ਹੋਏ ਨੇ ਉਹ ਜਮਾਨਤ 'ਤੇ ਆ ਕੇ ਬੰਦਿਆਂ ਨੇ ਕੀਤੇ ਨੇ ਜੀ। ਤਾਂ ਇਹ ਜਿਹੜਾ ਕੁਛ ਹੁੰਦਾ ਪ੍ਰਮੋਟ ਤਾਂ ਕਰਦੇ ਨੇ, ਤਾਂ ਕੋਈ ਦੁਬਾਰਾ ਕੋਈ ਕਹਿ ਹੀ ਨਹੀਂ ਸਕਦਾ ਪ੍ਰਭਾਵਿਤ ਨਹੀਂ ਹੁੰਦਾ। ਸਾਰੇ ਪ੍ਰਭਾਵਿਤ ਹੁੰਦੇ ਨੇ, ਨੌਜਵਾਨ ਵੀ ਹੁੰਦੇ ਨੇ, ਦੇਖਣ ਵਾਲੇ ਸਾਰੇ ਪ੍ਰਭਾਵਿਤ ਹੁੰਦੇ ਨੇ। ਇਹ ਗੱਲ ਤਾਂ ਸਹੀ ਹੈ। ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਗੱਡੀਆਂ 'ਚ ਗਾਣੇ ਚੱਲਦੇ ਨੇ ਬੱਸਾਂ 'ਚ ਉਹ ਬੰਦ ਕਰੋ। ਫਿਰ ਚੈਕਿੰਗ ਸ਼ੁਰੂ ਹੋ ਗਈ, ਚੈਕਿੰਗ ਦੇ ਵਿੱਚ 212 ਇਸ ਤਰ੍ਹਾਂ ਦੇ ਪਾਏ ਗਏ। ਪਹਿਲਾਂ ਉਹਨਾਂ ਨੇ ਐਸਾ ਨਹੀਂ ਕਿ ਸਿੱਧੇ ਹੀ ਜਾ ਕੇ ਚਲਾਉਣ ਸ਼ੁਰੂ ਕੱਟਤੇ, ਪਹਿਲਾਂ ਬੱਸ ਜਿਹੜੇ ਡਰਾਈਵਰ ਕੰਡਕਟਰਾਂ ਨੂੰ ਸਮਝਾਇਆ ਵੀ ਇਹੋ ਜਿਹੇ ਗਾਣੇ ਨਹੀਂ ਲਾਉਣੇ। ਮੈਂ ਪਹਿਲਾਂ ਉਹਨਾਂ ਨੂੰ ਹਦਾਇਤ ਦਿੱਤੀ ਗਈ ਸੀ ਬਹੁਤ ਸਾਰੇ ਡਰਾਈਵਰ ਕੰਡਕਟਰ ਐਸੇ ਹੈਗੇ ਨੇ ਜਿਹੜੇ ਉਹ ਕੈਸਟਾਂ ਲਾਉਂਦੇ ਜਿਹੜੇ ਗੁਰਬਾਣੀ ਨਾਲ ਸੰਬੰਧਿਤ ਹੁੰਦੀਆਂ ਨੇ, ਕੀਰਤਨ ਲਾਉਂਦੇ ਨੇ ਜਾਂ ਉਸ ਤਰ੍ਹਾਂ ਕਿਸੇ ਸੰਤ ਮਹਾਂਪੁਰਸ਼ ਦੀ ਲਾ ਦਿੰਦੇ ਨੇ। ਐਸਾ ਨਹੀਂ, ਕਈ ਐਸੇ ਹੁੰਦੇ ਨੇ ਚੱਲਣ ਵੇਲੇ ਲਾ ਦਿੰਦੇ ਨੇ, ਬਸ 10 ਮਿੰਟ ਬਾਅਦ ਪਾਠ ਖਤਮ ਹੋਇਆ ਫਿਰ ਸਿੱਧੂ ਮੂਸੇਵਾਲਾ ਲਾ ਦਿੰਦੇ ਨੇ। ਹੁਣ ਉਹਨਾਂ ਨੂੰ ਇਹਨਾਂ ਨੇ ਰੋਕਿਆ, ਸੁਣਿਆ, ਦੇਖਿਆ ਕੀ ਪਿਆ ਇਹਨਾਂ ਕੋਲ। ਉਹਨਾਂ ਦੇ 212 ਬੰਦਿਆਂ ਦੇ ਚਲਾਨ ਕੱਟੇ ਨੇ, 212 ਬੱਸਾਂ ਨੇ। ਅਤੇ ਮੈਂ ਸਮਝਦਾ ਇਹ ਤਰੀਕਾ ਵੀ ਅਪਣਾ ਕੇ ਦੇਖ ਲਓ। ਊਂ ਤਾਂ ਲੋਕ ਹਟਦੇ ਨਹੀਂ, ਸਮਝਾਏ ਤੋਂ ਸਮਝਦੇ ਨਹੀਂ, ਸ਼ਾਇਦ ਐਵੇਂ ਸਮਝ ਜਾਣ, ਲੇਕਿਨ ਸਮਝਾਉਣ ਵਾਲੇ ਜਿਹੜੇ ਅਸਲ ਨੇ ਉਹ ਲਿਖਣ ਵਾਲੇ ਨੇ ਅਤੇ ਗਾਉਣ ਵਾਲੇ ਨੇ ਅਤੇ ਅਸੀਂ ਆਪ ਲੋਕ ਹਾਂ। ਬਿਲਕੁਲ ਜੀ, ਜੇ ਅਸੀਂ ਉਹਨਾਂ ਨੂੰ ਸੁਣਨਾ ਛੱਡ ਦਾਂਗੇ, ਜੇ ਅਸੀਂ ਜਦੋਂ ਡੀਜੇ 'ਤੇ ਵਜਾਉਣਾ ਛੱਡ ਦਾਂਗੇ ਤਾਂ ਫਿਰ ਸ਼ਾਇਦ ਇਹ ਨਾ ਹੋਵੇ। ਪਰ ਅਸੀਂ ਕਰੀਏ ਕੀ, ਅਸੀਂ ਤਾਂ ਨਸ਼ਿਆਂ ਦੇ ਗਾਣੇ ਆਪ ਹੀ ਗਾਉਣੇ ਆ, ਹਰ ਲੋਕ ਗਾਉਂਦਾ। ਮੈਂ ਤਾਂ ਬਹੁਤ ਵਾਰ, ਮੈਂ ਤਾਂ ਕਹਿਣਾ ਵੀ ਇਹ ਗਾਣੇ ਕਿਵੇਂ ਚੱਲੀ ਜਾਂਦੇ ਨੇ। ਮੈਂ ਬਹੁਤ ਵਾਰ ਗਏ ਆ ਵਿਆਹਾਂ 'ਚ, ਅਤੇ ਜ਼ਿਆਦਾ ਪ੍ਰੋਫੈਸਰਾਂ ਦੇ ਵਿਆਹ ਹੁੰਦੇ ਨੇ ਸਾਡੇ ਲਈ ਤਾਂ, ਕਿਉਂਕਿ ਸਾਡਾ ਸਰਕਲ ਉਹ ਹੈ। ਉਹਨਾਂ ਦੇ ਬੱਚਿਆਂ ਦੇ ਵਿਆਹ 'ਚ ਗਾਣਾ ਚੱਲ ਰਿਹਾ ਹੁੰਦਾ, ਮੇਰੀ ਮੁੱਖ ਗਈ ਡੱਬੀ 'ਚੋਂ ਫੀਮ ਜਾਰੋ, ਕੋਈ ਅਮਲੀ ਦਾ ਡੰਗ ਸਾਰੋ, ਸਾਡੀ ਰੁੱਸੀ ਫਿਰੇ ਕਰਤਾਰੋ। ਹੁਣ ਇਹੋ ਜਿਹੇ ਗਾਣੇ ਚੱਲਦੇ ਨੇ, ਅਤੇ ਉਹ ਇਹ ਤਾਂ ਨਹੀਂ ਹੈ ਕਿ ਉਹ ਆਪ ਲਵਾਉਂਦੇ ਨੇ, ਪਰ ਅਸੀਂ ਦੱਸਦੇ ਵੀ ਨੇ ਵੀ ਆਹ ਗਾਣੇ ਨਹੀਂ ਲੱਗਣੇ। ਅਸੀਂ ਲਿਸਟ ਦੇ ਦਈਏ ਡੀ ਜੇ ਵਾਲਿਆਂ ਨੂੰ ਵੀ ਚੰਗੇ ਗਾਣੇ ਲਾਓ, ਕਲਚਰਲ ਗਾਣੇ ਲਾਓ। ਤਾਂ ਇਹ ਰੋਕ, ਇਹ ਸਖਤੀ ਨਾਲ ਰੁਕਦੇ ਨੇ, ਚੰਗੀ ਗੱਲ ਹੈ ਜੇ ਰੁਕ ਜਾਣ ਜੀ। ਵੱਲ ਸਾਹਿਬ, ਚੰਡੀਗੜ੍ਹ ਬਾਰੇ ਕਿਹਾ ਜਾਂਦਾ ਸੀ ਕਿ ਉੱਥੇ ਸੈਕਟਰ 13 ਨਹੀਂ ਹੈ, ਪਰ ਹੁਣ ਇਹ ਲਾਂਬਾ ਜਲਦ ਖਤਮ ਹੋਣ ਜਾ ਰਿਹਾ, ਸੈਕਟਰ 13 ਹੋ ਗਿਆ ਜੀ। ਜੀ, ਲਾਂਬਾ ਖਤਮ ਨਹੀਂ, ਖਤਮ ਹੋ ਚੁੱਕਿਆ ਜੀ। ਇਹ ਵੈਸੇ ਸੱਚਮੁੱਚ ਹੀ ਲਾਂਬਾ ਸੀ, ਅਤੇ ਉਹ 13 ਸੈਕਟਰ ਅਨਲੱਕੀ ਹੈ ਸ਼ਾਇਦ ਇਸ ਕਾਰਨ ਜੀ ਨਹੀਂ ਰੱਖਿਆ ਗਿਆ ਉਦੋਂ। ਦੇਖੋ, ਜਦੋਂ ਚੰਡੀਗੜ੍ਹ ਪਲਾਨ ਕੀਤਾ ਗਿਆ ਉਦੋਂ ਨਾ ਤਾਂ ਇੰਨੀ ਆਬਾਦੀ ਸੀ, ਨਾ ਹੀ ਇੰਨਾ ਪਤਾ ਸੀ ਕਿ ਇਹ ਜਿਹੜਾ ਮਾਡਰਨ ਸ਼ਹਿਰ ਇੰਨਾ ਫੈਲ ਜੂਗਾ। ਅਤੇ ਹੁਣ ਜਿਹੜਾ ਹੈ ਲਗਾਤਾਰ ਟ੍ਰਾਈ ਸਿਟੀ ਦੇ ਨਾਲ ਜੇ ਦੋਨਾਂ ਨੇ ਜੁੜੀ, ਹਰਿਆਣਾ ਨੇ ਬਣਾ ਲਿਆ ਪੰਚਕੂਲਾ, ਪੰਜਾਬ ਨੇ ਬਣਾ ਲਿਆ ਮੋਹਾਲੀ, ਅਤੇ ਇਹ ਤਾਂ ਪਤਾ ਹੀ ਲੱਗਦਾ ਕਿੱਥੋਂ ਪੰਚਕੂਲਾ ਖਤਮ ਹੋਇਆ, ਚੰਡੀਗੜ੍ਹ ਸ਼ੁਰੂ ਹੋਇਆ, ਕਿੱਥੋਂ ਮੋਹਾਲੀ ਸ਼ੁਰੂ ਹੁੰਦਾ। ਲੇਕਿਨ ਬਸ ਸਿਰਫ ਪੁਲਿਸ ਤੋਂ ਪਤਾ ਲੱਗਦਾ ਵੀ ਉੱਥੇ ਸਖਤੀ ਹੈ, ਇੱਥੇ ਸਖਤੀ ਨਹੀਂ ਹੈ। ਐਨੀਵੇ, ਮਨੀ ਮਾਦਰਾ ਜਿਹੜਾ ਏਰੀਆ ਉਸ ਨੂੰ ਹੁਣ ਸੈਕਟਰ 13 ਦੇ ਤੌਰ 'ਤੇ ਜਾਣਿਆ ਜਾਏਗਾ ਜੀ। ਚੇਂਜਸ 9 ਦੀਆਂ ਚੇਂਜਸ ਕੀਤੀਆਂ ਨੇ। ਮਨੀ ਮਾਦਰਾ ਅੱਗੇ ਆਪਾਂ ਉਹਨੂੰ ਮਨੀ ਮਾਦਰਾ ਕਹਿੰਦੇ ਸੀ ਵੀ ਇਹ ਇੱਕ ਵੱਖਰਾ, ਲੇਕਿਨ ਉਹ ਸੈਕਟਰ 'ਚ ਨਹੀਂ ਆਉਂਦਾ ਸੀ। ਹੁਣ 13 ਸੈਕਟਰ ਦੇ ਤੌਰ 'ਤੇ ਆ ਗਿਆ। ਸੋ ਹੁਣ ਉਹ ਲਾਂਬਾ ਕਿ ਇਹ ਬਹੁਤ ਵਹਿਮੀ ਕਿਸਮ ਦੇ ਲੋਕ ਨੇ ਉਹ ਖਤਮ ਹੋ ਜੂਗਾ। ਹੋਰ ਵੀ ਚੇਂਜਸ ਕੀਤੀਆਂ, ਹੋਰ ਵੀ 9 ਜਿਹੜੇ ਨੇ, ਜਿਵੇਂ ਇਹਨੂੰ ਅਸੀਂ ਕਹਿੰਦੇ ਸੀ ਇੰਡਸਟਰੀਅਲ ਏਰੀਆ ਜਿਹੜਾ ਚੰਡੀਗੜ੍ਹ ਦੇ ਜਿੱਥੇ ਇੰਡਸਟਰੀ ਹੈ ਜੀ, ਹੁਣ ਉਹਨੂੰ ਇੰਡਸਟਰੀਅਲ ਪਾਰਕ ਕਹਿਣਾ ਸ਼ੁਰੂ ਕਰਤਾ ਵੀ ਛੋਟੇ ਛੋਟੇ ਜਿਹੜੇ ਚੇਂਜਸ ਲਿਆਉਂਦੀਆਂ ਨੇ। ਲੇਕਿਨ ਇਹ ਵੱਡੀ ਚੇਂਜ ਹੈ ਕਿ ਸੈਕਟਰ 13 ਬਣ ਗਿਆ ਉੱਥੇ ਜੀ। ਬਸ ਸਾਡੀ ਅਗਲੀ ਖਬਰ ਹੈ ਕਿ ਧਾਰੀਵਾਲ 'ਚ ਸ਼ਿਵ ਸੈਨਾ ਆਗੂ ਹਨੀ ਮਹਾਜਨ 'ਤੇ ਗੋਲੀ ਚੱਲਣ ਤੋਂ ਬਾਅਦ ਪੰਜਾਬ ਪੁਲਿਸ ਹੋ ਸਤਰਕ ਹੋ ਗਈ। ਦੇਖੋ, ਗੱਲ ਇਹ ਹੈ ਕਿ ਜਿਹੜੀ ਸ਼ਿਵ ਸੈਨਾ ਹੈ ਇਹਦੇ ਕੁਝ ਜ਼ਿਆਦਾ ਤਾਂ ਨਹੀਂ ਹੈ ਪੰਜਾਬ ਦੇ ਵਿੱਚ, ਪਰ ਇਹਨਾਂ ਲੋਕਾਂ ਨੇ ਜਿੰਨੇ ਵੀ ਨੇ ਇਹ ਬਹੁਤ ਤਿੱਖਾ ਬੋਲਦੇ ਨੇ। ਦੇਖੋ, ਭਿੰਡਰਾਂ ਵਾਲੇ ਦੇ ਖਿਲਾਫ ਬੋਲਣਾ ਤਾਂ ਇਹਨਾਂ ਦਾ ਹੈ ਹੀ ਹੈ,
ਜਾਂ ਇਹ ਕਹਿੰਦੇ ਨੇ ਅਸੀਂ ਟੈਰਰਿਜ਼ਮ ਦੇ ਖਿਲਾਫ ਬੋਲਦੇ ਹਾਂ। ਪਰ ਕਈ ਵਾਰੀ ਮੈਂ ਇਹਨਾਂ ਦੀ ਵੀਡੀਓ 'ਚ ਵੀ ਦੇਖਿਆ ਇਤਰਾਜ਼ਯੋਗ ਵੀ ਹੁੰਦਾ ਸਾਰਿਆਂ ਬਾਰੇ ਵੀ ਇਸ ਤਰ੍ਹਾਂ ਬੋਲ ਦਿੰਦੇ ਨੇ ਜੀ, ਤਾਂ ਉਹ ਤਾਂ ਚੱਲਦਾ। ਮੈਂ ਤਾਂ ਕਈ ਵਾਰੀ ਇੱਥੇ ਜੇ ਬੁਲਾ ਲਾਂ ਸਟੂਡੀਓ 'ਚ ਆਪਣੇ ਪ੍ਰੋਗਰਾਮ ਦੌਰਾਨ, ਉਹ ਤਾਂ ਕਈ ਵਾਰ ਮੈਨੂੰ ਕਹਿੰਦੇ ਨੇ ਕਿ ਜੀ ਤੁਸੀਂ ਥੋੜ੍ਹਾ ਜਿਹਾ ਇਹੋ ਜਿਹਾ ਸਵਾਲ ਪੁੱਛੋ, ਅਸੀਂ ਜਰਾ ਇਹਨਾਂ ਦੇ ਖਿਲਾਫ ਬੋਲਣਾ। ਅਤੇ ਮੈਂ ਇੱਕ ਦਿਨ ਪੁੱਛਿਆ ਮੈਂ ਕਿਉਂ, ਉਹ ਕਹਿੰਦੇ ਜੀ ਅਸੀਂ ਸਾਡੀ ਹਾਜ਼ਰੀ ਲੱਗਦੀ ਹੈ, ਸਿਕਿਉਰਿਟੀ ਸਾਡੀ ਰੱਖਣੀ ਹੈ। ਇਸ ਤਰ੍ਹਾਂ ਹੀ ਹਨੀ ਮਹਾਜਨ ਸੀ, ਇਹਦੇ ਕੋਲ ਸਿਕਿਉਰਿਟੀ ਹੁੰਦੀ ਸੀ, ਇੱਕ ASI ਅਤੇ 5 ਬੰਦੇ ਇਹਦੇ ਨਾਲ ਰਹਿੰਦੇ ਸੀ ਹਰ ਵਕਤ, ਦੁਕਾਨ ਕਰਦਾ ਸੀ ਵੈਸੇ। ਔਰ ਇਹ ਬਹੁਤ ਵਾਰ ਅਸੀਂ ਵੀ ਕਿਹਾ ਕਿ ਐਡੀ ਸਿਕਿਉਰਿਟੀ ਪਰ ਪੁਲਿਸ ਇਹੋ ਜਿਹੇ ਦੁਕਾਨਦਾਰਾਂ ਨੂੰ ਜਾਂ ਇਹਨਾਂ ਨੂੰ, ਹੁਣ ਮੈਂ ਹੈਰਾਨ ਹੁੰਦਾ, ਇੱਕ ਸ਼ਾਖਾ ਲੱਗਦੀ ਹੈ ਜਦੋਂ ਮੈਂ ਸਵੇਰੇ ਸੈਰ ਕਰਨ ਜਾਂਦਾ ਜੀ, ਉਹ ਸ਼ਾਖਾ 'ਚ 2 ਬੰਦੇ ਹੁੰਦੇ ਨੇ, 2 ਹੋ ਗਏ ਕਦੇ 3 ਹੋ ਗਏ, ਲੇਕਿਨ ਜਿਹੜੀ ਪੁਲਿਸ ਦੀ ਸਿਕਿਉਰਿਟੀ ਹੁੰਦੀ ਹੈ, ਇੱਕ ਗੱਡੀ ਖੜ੍ਹੀ ਹੁੰਦੀ ਹੈ ਔਰ 6 ਜਾਂ 7 ਬੰਦੇ ਸਿਕਿਉਰਿਟੀ ਦੇ ਹੁੰਦੇ ਨੇ। 2 ਬੰਦਿਆਂ ਲਈ 7 ਬੰਦਿਆਂ ਦੀ ਸਿਕਿਉਰਿਟੀ ਸਵੇਰੇ 5 ਵਜੇ ਤੋਂ ਲੈ ਕੇ ਜੀ, ਉਹ ਤਾਂ ਕਿਤੇ ਨਾ ਕਿਤੇ ਆਮ ਬੰਦੇ ਲੋਕਾਂ 'ਚ ਹੁੰਦਾ ਵੀ ਇਹ ਸਿਕਿਉਰਿਟੀ ਜਿਹੜੀ ਤੁਸੀਂ ਲਾਈਏ ਸਾਡੇ ਪੈਸੇ 'ਤੇ ਲੱਗ ਰਹੀ ਹੈ, ਇਸ ਤਰ੍ਹਾਂ ਵੀ ਇਤਰਾਜ਼ ਹੁੰਦਾ। ਸੋ ਹਨੀ ਮਹਾਜਨ ਦੀ ਸਿਕਿਉਰਿਟੀ ਵਿਦਡਰਾ ਕਰ ਲਈ ਗਈ ਜਦੋਂ ਹੁਣ ਸਰਕਾਰ ਨੇ ਪਿੱਛੇ ਜਿਹੇ ਰਿਵਿਊ ਕੀਤਾ ਸੀ, ਸ਼ਾਇਦ ਇਸੇ ਕਰਕੇ, ਸ਼ਾਇਦ ਉਹਦੇ ਬੋਲਣ ਕਰਕੇ। ਅਤੇ 2 ਬੰਦੇ ਆਏ, ਉਹਨਾਂ ਨੇ ਮਾਰੀ ਗੋਲੀ, ਅਤੇ ਉਹ ਬੰਦੇ ਦੇ ਨਾਲ ਉਹਦੇ ਇੱਕ ਬੈਠਾ ਸੀ ਬੰਦਾ, ਉਹ ਮਾਰਿਆ ਗਿਆ ਅਤੇ ਆਪ ਉਹਦੇ ਗੋਲੀ ਲੱਗੀ, ਲੇਕਿਨ ਉਹ ਬਚ ਗਿਆ, ਪੈਰਾਂ 'ਚ ਲੱਗੀ ਹੈ, ਉਹ ਹੋਸਪਿਟਲ ਹੈ ਅੰਮ੍ਰਿਤਸਰ। ਇਸ ਹਾਲਾਤ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਦਿਨਕਰ ਗੁਪਤਾ DGP ਨੂੰ ਵੀ ਕਰੋ ਕੁਛ ਭਾਈ, ਆਹ ਕੀ ਨਵਾਂ ਕੰਮ ਸ਼ੁਰੂ ਹੋ ਗਿਆ। ਤਾਂ ਹੁਣ ਸਾਰੇ ਪੰਜਾਬ ਦੇ ਵਿੱਚ ਫਿਰ ਜਿਹੜੀ ਹੈ ਸਿਕਿਉਰਿਟੀ ਨੂੰ ਰਿਵਿਊ ਕੀਤਾ ਗਿਆ, ਸਖਤੀ ਕਰਨ ਲਈ ਕਿਹਾ ਗਿਆ, ਬਿਲਕੁਲ ਸਖਤੀ ਦੀ ਲੋੜ ਹੈ। ਘੱਟੋ ਘੱਟ ਜਿਹੜਾ ਇਸ ਕਿਸਮ ਦਾ ਤਵਾਜ਼ਨ ਹੈ, ਬੈਲੈਂਸ ਹੈ, ਉਹ ਨਹੀਂ ਵਿਗੜਨਾ ਚਾਹੀਦਾ, ਕਿਸੇ ਦੇ ਮਨ 'ਚ ਨਹੀਂ ਆਉਣਾ ਚਾਹੀਦਾ ਸਾਨੂੰ ਧਰਮ ਦੇ ਨਾਂ 'ਤੇ ਜਿਹੜਾ ਹੈ ਖਤਰਾ ਹੋਵੇ ਜੀ। ਠੀਕ ਹੈ, ਕੈਪਟਨ ਸਾਹਿਬ ਇਸ ਗੱਲੋਂ ਬਹੁਤ ਸਤਰਕ ਰਹਿੰਦੇ ਨੇ। ਸੋ ਵੱਲ ਸਰ, ਇਸ ਦਿਨ ਵੇਲਾ ਚੱਲਿਆ ਪ੍ਰੋਗਰਾਮ ਦੀ ਸਮਾਪਤੀ ਵੱਲ, ਤੁਸੀਂ ਆਪਣਾ ਕੀਮਤੀ ਸਾ ਕੱਟਿਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਖਬਰ ਨਜ਼ਰ ਵਿੱਚ, ਡਾਕਟਰ ਹਰਜਿੰਦਰ ਵਾਲੀਆ, ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।